Yeah.
ਇੱਥੇ ਰੁਕਣਾ ਚਾਹੀਦਾ। ਦੋ ਤਿੰਨ ਗੱਲਾਂ ਬੜੀਆਂ ਸਮਝਣ ਵਾਲੀਆਂ, ਇੱਕ ਤੇ ਇਹ ਕਿ ਸੰਬੋਧਨ ਕਿਸ ਨੂੰ ਕੀਤਾ ਜਾ ਰਿਹਾ, ਉਸ ਸੰਬੋਧਨ ਨੂੰ ਪਛਾਣਨ ਲਈ ਪਿਛਲੇ ਹਫ਼ਤੇ ਦੇ ਦੋ ਸਲੋਕ ਜਿਹੜੇ ਨੇ ਉਹ ਸਾਨੂੰ ਨਾਲ ਜੋੜਨੇ ਪੈਣਗੇ। ਕਿਸ ਨੂੰ ਆਖ ਰਹੇ ਨੇ? ਉਹ ਕਾਲਕ ਹੈ, ਉਹਦੇ ਨੇੜੇ ਨਾ ਜਾਏ। ਇਹਦਾ ਮਤਲਬ ਜਿਹਨੂੰ ਆਖ ਰਹੇ ਨੇ ਉਹ ਕਾਲਕ ਨਹੀਂ। ਇਹ ਦੋਵਾਂ ਦਾ ਫਰਕ ਪੈ ਗਿਆ ਨਾ। ਹੁਣ ਅਸੀਂ ਪਿਛਲੇ ਹਫ਼ਤੇ ਦੇ ਸਲੋਕ ਨੂੰ ਜਰਾ ਨਾਲ ਜੋੜ, ਉਹਦੇ ਵਿੱਚ ਵੀ ਲਫ਼ਜ਼ ਸੰਗਤ ਸੀ, ਪਰ ਉਹਦੇ ਵਿੱਚ ਇਹ ਸੀ ਕਿ ਸੰਗਤ ਪੈਦਾ ਕਿਵੇਂ ਹੋਈ ਹੈ। ਇੱਥੇ ਉਸ ਸੰਗਤ ਨੂੰ ਸੰਗਤ ਦੇ ਰੂਪ ਵਿੱਚ ਦੇਖ ਕੇ ਚੇਤਾਵਨੀ ਸੁਚੇਤ ਹੋਣਾ ਹੈ, ਪਰ ਆਖਿਆ ਵੀ ਉਹ ਕੁਸੰਗਤ ਜਿਹਦੇ ਕੋਲੋਂ ਬਾਬਾ ਕਬੀਰ ਜੀ ਇਹਨਾਂ ਸਲੋਕਾਂ ਰਾਹੀਂ ਸੁਚੇਤ ਕਰ ਰਹੇ ਨੇ, ਉਹ ਆਖਰ ਕਾਲਕ ਉਹ ਕੁਸੰਗਤ ਪੈਦਾ ਕਿਵੇਂ ਹੋਈ? ਇਹਦਾ ਜਵਾਬ ਪਿਛਲੇ ਸਲੋਕਾਂ ਵਿੱਚ ਸੀ। ਉਹ ਲਫ਼ਜ਼ ਸਨ ਲੱਗੇ ਸੰਖੇਪ ਵਿੱਚ ਪਿਛਲੇ ਸਲੋਕ ਨੂੰ ਅਰਜ਼ ਕਰਾਂ। ਕਹਿਣ ਲੱਗੇ ਮਨ ਰੱਬ ਨੂੰ ਮਿਲਣਾ ਚਾਹੁੰਦਾ ਸੀ। ਹੁਣ ਗੱਲ ਤੇ ਮਾੜੀ ਨੇ, ਕਿਉਂਕਿ ਇੱਥੇ ਵੀ ਅਸੀਂ ਜਿਹਨੂੰ ਸਮਝਾ ਰਹੇ ਨੇ ਉਹ ਚੰਗਾ ਹੈ ਤਾਂ ਹੀ ਸਮਝਾ ਰਹੇ ਨੇ ਕਿ ਮਾੜੇ ਦੀ ਸੰਗਤ ਨਾ ਕਰੀ। ਉੱਥੇ ਚੰਗੇ ਮਨੁੱਖ ਭਰੇ ਮਨੁੱਖ ਦਾ ਰੂਪ ਦੱਸ ਰਹੇ ਨੇ, ਕਹਿੰਦੇ ਭਰੇ ਮਨੁੱਖ ਦੀ ਨਿਸ਼ਾਨੀ ਕੀ ਹੈ ਕਿ ਉਹਦਾ ਮਨ ਪੰਖੀ ਦਾ ਰੂਪ ਧਾਰਨ ਕਰ ਚੁੱਕਾ ਹੈ। ਕਹਿੰਦਾ ਉੱਡ ਕੇ ਆਪਣੇ ਪ੍ਰੀਤਮ ਨੂੰ ਰੱਬ ਨੂੰ ਲੱਭ ਲਾ ਮਿਲ ਲਾ। ਪਿਛਲੀ ਵਾਰ ਦਾ ਜੇ ਮੈਨੂੰ ਖੰਭ ਲੱਗ ਜਾਣ ਤੇ ਮੈਂ ਉੱਡ ਕੇ ਆਪਣੇ ਪ੍ਰੀਤਮ ਨੂੰ ਮਿਲਾਂ, ਖੰਭ ਵੇ ਕਦੜੇ ਜੇ ਲਾਂ ਕਿੰਨਾ ਸਾਵੀ ਤੋਰ ਤਨ ਜੜਾਈ ਆਪਣੇ ਲਾਂ ਸੋ ਸੱਜਣ ਟੋਲ। ਕਬੀਰ ਮਨ ਪੰਖੀ ਭਇਓ, ਮਨ ਪੰਖੀ ਦਾ ਰੂਪ ਧਾਰਨ ਕਰਿਆ, ਉੱਡ ਉੱਡ ਦਹਿ ਦਿਸ ਜਾਏ, ਹਰ ਪਾਸੇ ਉਡਾਰੀਆਂ ਮਾਰ ਰਿਹਾ। ਆਹ ਗਲਤ ਹੈ, ਚਾਹਤ ਚੰਗੀ ਹੈ, ਚਾਹਤ ਮਾੜੀ ਨੇ, ਰੱਬ ਨੂੰ ਮਿਲਣਾ ਚਾਹੀਦਾ। ਚਾਹਤ ਮਾੜੀ ਨੇ ਪਰ ਗਿਆਨ ਨਹੀਂ, ਚਾਹਤ ਹੋਰ ਚੀਜ਼ ਹੈ ਗਿਆਨ ਹੋਰ ਚੀਜ਼, ਚਾਹਤ ਹੋਰ ਚੀਜ਼ ਹੈ ਪਰਖ ਹੋਰ ਚੀਜ਼। ਚਾਹਤ ਚੰਗੀ ਹੈ
ਤੇ ਉਸ ਚਾਹਤ ਨਾਲ ਉਹ ਉੱਡ ਉੱਡ ਕੇ ਦੇ ਦਿਸ਼ਾ ਵਿੱਚ ਹਰ ਪਾਸੇ ਜਾ ਰਿਹਾ ਕਿ ਤੂੰ ਮੈਨੂੰ ਰੱਬ ਦਾ ਰਾਹ ਮਿਲ ਜਾ। ਦੀਰੇ ਵਿੱਚ ਵੀ ਜਾਂਦਾ, ਤੀਰਥਾਂ ਤੇ ਵੀ ਜਾਂਦਾ, ਕਬਰਾਂ ਵਿੱਚ ਵੀ ਜਾ ਕੇ ਬਹਿੰਦਾ, ਘਰ ਘਾਟ ਛੱਡਦਾ, ਜੰਗਲਾਂ ਵੀ ਬਾਣਾਂ ਵਿੱਚ ਵੀ ਸਭ ਕੁਝ ਤਿਆਗ ਕੇ, ਫੁੱਲ ਫਲ ਤੇ ਪੱਤੇ ਖਾ ਕੇ, ਨਗਨ ਰਹਿ ਕੇ ਜੀਵਨ ਬਿਤਾ ਰਿਹਾ। ਇੰਨਾ ਕੁਝ ਵੱਖਰੇ ਵੱਖਰੇ ਅਡੰਬਰ ਕਰ ਰਿਹਾ ਕਿਸ ਲਈ? ਕਿ ਪ੍ਰੀਤਮ ਨੂੰ, ਰੱਬ ਨੂੰ ਮਿਲਣਾ। ਹੁਣ ਉੱਥੇ ਖਿਆਲ ਦਿੰਦੇ ਨੇ ਜਾਂਦਾ, ਕਿਉਂਕਿ ਜੇ ਤਾਂ ਨਾ ਜਾਂਦਾ ਨਾ, ਮੈਂ ਪਿਛਲੀ ਵਾਰੀ ਐਗਜ਼ਾਮਪਲ ਦਿੱਤਾ ਸੀ ਕਿ ਉਹ ਵੀ ਕੰਨ ਤੇ ਢੂੰਡਣ ਵਿੱਚ ਫਰਕ ਹੈ। ਢੂੰਡਣ ਵਾਲਾ ਦੌੜਿਆ ਫਿਰ ਕਦੇ ਇੱਥੇ ਕਦੇ ਉੱਥੇ, ਕਦੇ ਉਹਦਾ ਕੋਈ ਟਿਕਾਣਾ ਨਹੀਂ ਹੁੰਦਾ, ਘਰ ਵੀ ਸਾਫ਼ ਪਵਿੱਤਰ ਨਹੀਂ ਰਹਿੰਦਾ, ਕਿਉਂ ਘਰ ਉਹਨੇ ਰਹਿਣਾ ਹੀ ਨਹੀਂ। ਤੇ ਉਡੀਕਣ ਵਾਲੀ ਪਹਿਲੀ ਨਿਸ਼ਾਨੀ ਹੈ ਕਿ ਉਹ ਆਪਣਾ ਘਰ ਸਵਾਰਦਾ, ਸਜਾਉਂਦਾ, ਕਿਉਂਕਿ ਪ੍ਰੀਤਮ ਨੇ ਘਰ ਆਉਣਾ, ਮੈਂ ਕਿਸੇ ਦੀ ਉਡੀਕ ਕਰ ਰਿਹਾ। ਉਡੀਕਣ ਦਾ ਤੇ ਢੂੰਡਣ ਦਾ ਫਰਕ ਪਿਛਲੀ ਵਾਰ ਸਾਂਝਾ ਕੀਤਾ ਸੀ। ਹੁਣ ਜਿਹੜਾ ਢੂੰਡ ਰਿਹਾ ਉਹਦਾ ਟਿਕਾਣਾ ਇੱਕ ਨਹੀਂ, ਕਦੇ ਇਸ ਡੇਰੇ ਵਿੱਚ ਜਾਂਦਾ, ਇਸ ਸਾਧ ਦੇ ਕੋਲ ਜਾਂਦਾ, ਕਦੇ ਤੀਰਥਾਂ ਯਾਤਰਾ, ਜਿੱਥੇ ਵੀ ਜਾਂਦਾ ਉੱਥੋਂ ਦੀ ਮੱਤ ਆਪਣੀ ਹੈ, ਉਹਦੀ ਸੰਗਤ ਬਣ ਜਾਂਦੀ ਹੈ, ਉਹਦੀ ਸੰਗਤ ਬਣ ਜਾਂਦੀ ਹੈ। ਜਦੋਂ ਥਾਂ ਥਾਂ ਬਦਲਣੀ ਹੈ ਤੇ ਜਿੱਥੇ ਜਾਣਾ ਉੱਥੋਂ ਦੀ ਸੰਗਤ ਹੋਣੀ, ਤੀਰਥਾਂ ਤੇ ਜਾਏਗਾ ਉੱਥੇ ਬ੍ਰਾਹਮਣ ਹੈ, ਉਹਨੇ ਤੈਨੂੰ ਇਹ ਸਿੱਖਿਆ ਦੇਣੀ ਹੈ ਕਿ ਤੀਰਥਾਂ ਤੇ ਆ ਕੇ ਦਾਨ ਪੁੰਨ ਕਰ, ਜੋ ਬ੍ਰਾਹਮਣ ਚਾਹੁੰਦਾ ਉਹ ਕਰ। ਜਦੋਂ ਤੂੰ ਕਿਸੇ ਡੇਰੇ ਚ ਜਾਣਾ ਹੈ ਤੇ ਉੱਥੇ ਤੈਨੂੰ ਉਹਨਾਂ ਨੇ ਆਪਣੀ ਮਰਿਆਦਾ, ਆਪਣੀ ਸਿੱਖਿਆ ਦੇਣੀ, ਇੰਨੀਆਂ ਮਾਲਕ ਕਰ ਕਿ ਉਹ ਸਮਾਧੀਆਂ ਦਾ, ਬ੍ਰਾਹਮਣ ਨੇ ਇਹ ਨਹੀਂ ਕਹਿਣਾ ਤੇ ਸਾਧੂ ਨੇ ਤੁਹਾਨੂੰ ਸਿੱਧੇ ਲਫ਼ਜ਼ਾਂ ਵਿੱਚ ਇਹ ਨਹੀਂ ਕਹਿਣਾ ਵੀ ਇੱਥੇ ਪੈਸੇ ਦੇ ਦਾਨ ਕਰ, ਉਹਨੇ ਤੈਨੂੰ ਆਖਣਾ ਮਾਲਕ ਤਿਆਗ ਕਰ। ਜਿੱਥੇ ਜਿੱਥੇ ਜਾਏਗਾ ਉੱਥੋਂ ਦੀ ਵੱਖਰੀ ਵੱਖਰੀ ਸੰਗਤ ਹੋਏਗੀ, ਉਸੇ ਸੰਗਤ ਦਾ ਫਲ ਤੈਨੂੰ ਭਾਵ ਉਪਦੇਸ਼ ਤੈਨੂੰ ਮਿਲੇਗਾ। ਜਿੰਨੀਆਂ ਥਾਵਾਂ ਤੇ ਤੂੰ ਭਟਕੇਗਾ ਉਹਦੇ ਉਪਦੇਸ਼ ਵੱਖ ਵੱਖ ਹੋਣਗੇ। ਤੇ ਬਾਬਾ ਕਬੀਰ ਜੀ ਨੇ ਪਿਛਲੇ ਸਲੋਕ ਵਿੱਚ ਇਹੋ ਗੱਲ ਆਖੀ ਸੀ, ਕਹਿਣ ਲੱਗੇ ਇਹ ਗੱਲ ਤੇ ਚੰਗੀ ਹੈ, ਮਨ ਪੰਖੀ ਹੋ ਗਿਆ, ਰੱਬ ਨੂੰ ਮਿਲਣਾ ਚਾਹੁੰਦਾ ਹੈ, ਪਰ ਨਤੀਜਾ ਇਹ ਨਿਕਲ ਰਿਹਾ ਗਿਆਨ ਵਿਹੂਣਾ ਹੋਣ ਕਰਕੇ ਥਾਂ ਥਾਂ ਭਟਕ ਗਿਆ। ਸੰਗਤ ਬਦਲ ਰਹੀ ਹੈ ਕਿਉਂਕਿ ਉੱਡ ਉੱਡ ਦਹਿ ਦਿਸ ਜਾਏ, ਇੱਕ ਥਾਂ ਤੇ ਨਹੀਂ ਟਿਕ ਰਿਹਾ।
ਸਵੇਰੇ ਸੰਗਤ ਹੋ ਰਹੇ, ਸ਼ਾਮ ਨੂੰ ਹੋ ਰਹੇ, ਸੰਗਤ ਦੀ ਇਸ ਨੂੰ ਪਛਾਣ ਕੋਈ ਨਹੀਂ, ਸੰਗਤ ਬਦਲ ਰਹੀ ਹੈ। ਤੇ ਜਦੋਂ ਆਪ ਨੂੰ ਗਿਆਨ ਨਾ ਹੋਵੇ, ਸੰਗਤ ਰੋਜ਼ ਬਦਲ ਰਹੀ ਹੋਵੇ, ਤੇ ਉਸ ਦਾ ਨਤੀਜਾ ਇਹ ਨਿਕਲਦਾ ਹੈ ਜਿੱਥੇ ਜਾਂਦਾ ਹੈ ਉੱਥੋਂ ਦੇ ਲੋਕ ਉਸ ਨੂੰ ਉਸਦਾ ਨਜਾਇਜ਼ ਫਾਇਦਾ ਵੀ ਉਠਾਉਂਦੇ ਨੇ, ਆਪਣੇ ਮਗਰ ਲਾਉਂਦੇ। ਬ੍ਰਾਹਮਣ ਆਪਣੇ ਮਗਰ ਲਾਉਂਦਾ, ਸੰਤ ਸਾਧੂ ਡੇਰੇਦਾਰ ਪਖੰਡੀ ਮਨੁੱਖ ਜਿਹੜਾ ਉਹ ਆਪਣੇ ਮਗਰ ਲਾਉਂਦਾ। ਇਸ ਤਰ੍ਹਾਂ ਜੀਵਨ ਚੰਗੀ ਸੋਚ ਹੋਣ ਦੇ ਬਾਵਜੂਦ ਜੀਵਨ ਬਿਖਰ ਰਿਹਾ। ਸੋਚ ਚੰਗੀ ਹੈ, ਰੱਬ ਨੂੰ ਮਿਲਣਾ, ਪਰ ਜੀਵਨ ਬਿਖਰ ਰਿਹਾ। ਹੁਣ ਆਪਾਂ ਅੱਜ ਦੇ ਸਲੋਕ ਬਣਾਈਏ ਸਬਜੈਕਟ ਕਹਿਣ ਲੱਗੀ ਮੈਂ। ਇਸ ਲਈ ਚੰਗੀ ਸੋਚ ਵਾਲੇ ਨੂੰ ਇੱਕ ਰੋਸ਼ਨੀ ਚੇਤਨ ਦਾ ਅਗਵਾਈ ਦੇਣਾ ਚਾਹੁੰਦਾ ਬਾਬਾ ਕਬੀਰ ਕਹਿੰਦੇ। ਕਹਿਣ ਲੱਗੇ ਤੇਰੀ ਸੋਚ ਬੜੀ ਚੰਗੀ ਹੈ, ਤੇਰਾ ਤੇ ਨਾਸਤਿਕ ਪੁਰਸ਼ ਦਾ ਉਸ ਡੇਰੇ ਵਿੱਚ ਬੈਠੇ ਪਖੰਡੀ ਪੁਰਸ਼ ਦਾ ਉਸ ਕਿਸੇ ਤੀਰਥ ਦੇ ਤੱਟ ਦੇ ਕਿਨਾਰੇ ਬੈਠੇ ਹੋਏ ਬ੍ਰਾਹਮਣ ਦਾ ਇੰਨਾ ਫਰਕ ਹੀ ਹੈ ਜਿਵੇਂ ਕੇਲੇ ਦਾ ਤੇ ਬੇਰ ਦਾ ਫਰਕ ਹੈ। ਬਹੁਤ ਚੰਗਾ, ਤੇਰਾ ਜੀਵਨ ਮਾਨੋ ਕੇਲਾ ਹੈ। ਕੇਲੇ ਵਿੱਚ ਕੀ ਹੁੰਦਾ? ਕੋਈ ਕੰਡਾ ਨਹੀਂ, ਉਹਦਾ ਵਜੂਦ ਰੇਸ਼ਮ ਵਰਗਾ, ਉਹਦੇ ਪੱਤੇ ਬੜੇ ਨਾਜ਼ੁਕ ਨੇ, ਕਿਸੇ ਨੂੰ ਸਤਾਉਂਦੇ ਨਹੀਂ। ਕੋਈ ਕੋਲੋਂ ਲੰਘ ਜਾਏ, ਨਾਲ ਖਹਿ ਜਾਏ, ਉਹ ਕਿਸੇ ਦੇ ਪਰੇਸ਼ਾਨ ਨਹੀਂ ਹੁੰਦੇ। ਕੇਵਲ ਤੇ ਕੇਵਲ ਮਿੱਠਾ ਫਲ ਹੀ ਦਿੰਦੇ ਨੇ, ਉਹਦੇ ਬਦਲੇ ਵਿੱਚ ਕਿਸੇ ਕਿਸਮ ਦੀ ਕੇਲੇ ਦੇ ਦਰਖਤ ਕੋਲੋਂ ਪਰੇਸ਼ਾਨੀ ਨਹੀਂ। ਕਹਿਣ ਲੱਗੇ ਮੈਨੂੰ ਤੂੰ ਹੋਰ ਚੰਗਾ ਲੱਗਦਾ, ਤੈਨੂੰ ਰੱਬ ਦੇ ਮਿਲਣ ਦੀ ਖਾਹਿਸ਼ ਹਿਰਦੇ ਵਿੱਚ ਹੈ, ਤੈਨੂੰ ਮਾੜਾ ਕਿਵੇਂ ਆਖਾਂ? ਤੇਰਾ ਜੀਵਨ ਤਾਂ ਕੇਲੇ ਵਰਗਾ। ਪਰ ਕਹਿਣ ਲੱਗੇ ਦੁੱਖ ਵਾਲੀ ਗੱਲ ਇਹ ਹੈ, ਭਟਕ ਗਿਆ ਹੈ ਪਖੰਡੀਆਂ ਦੇ ਤੇ ਡੇਰੇਦਾਰਾਂ ਦੇ ਤੇ ਬ੍ਰਾਹਮਣਿਜ਼ਮ ਦੇ ਤੈ ਚੜ ਗਿਆ ਹੈ, ਭਟਕ ਗਿਆ ਹੈ। ਉਹ ਲੋਕ ਨੇ ਜਿਵੇਂ ਬੇਰ ਨੇ, ਤੇਰਾ ਜੀਵਨ ਕੇਲੇ ਵਰਗਾ। ਜਿਹੜਾ ਭਲਾ ਪੁਰਸ਼ ਹੈ, ਰੱਬ ਦੇ ਰਾਹ ਤੇ ਤੁਰਨ ਵਾਲਾ ਗੁਰਮੁਖ ਹੈ, ਉਹਦਾ ਜੀਵਨ ਕੇਲੇ ਵਰਗਾ ਹੈ। ਉਹ ਕਦੇ ਕਿਸੇ ਨੂੰ ਦੁੱਖ ਨਹੀਂ ਦਿੰਦਾ, ਕਿਸੇ ਨੂੰ ਕੁਰਾਏ ਨਹੀਂ ਪਾਉਂਦਾ, ਕਿਸੇ ਵੀ ਪਰੇਸ਼ਾਨੀ ਦਾ ਬੈਸ ਨਹੀਂ ਬਣਦਾ। ਪਰ ਕਹਿਣ ਲੱਗੇ ਜਿਹੜੇ ਪਖੰਡ ਦੇ ਜੀਵਨ ਵਾਲਿਆਂ ਦੇ ਨਾਲ ਤੂੰ ਸੰਗਤ ਕਰ ਬੈਠਾ, ਜਿੱਥੇ ਭਟਕ ਗਿਆ ਰੱਬ ਦੀ ਢੂੰਡ ਵਿੱਚ ਉੱਥੇ ਗਿਆ ਨਾ, ਗਿਆ ਤਾਂ ਰੱਬ ਦੀ ਢੂੰਡ ਵਿੱਚ ਹੀ ਹੈ। ਜਿਹੜੇ ਡੇਰੇ 'ਚ ਵੀ ਕੋਈ ਜਾਂਦਾ ਤਾਂ ਇਸੇ ਖਿਆਲ ਨਾਲ ਵੀ ਇੱਥੋਂ ਰੱਬ ਮਿਲਦਾ, ਉਹ ਕਹਿੰਦੇ ਨੇ ਰੱਬ ਇੱਥੇ ਰਹਿੰਦਾ। ਅੱਜ ਸਵੇਰੇ ਫੇਸਬੁੱਕ 'ਤੇ ਕਿਸੇ ਸਾਧੂ ਦੀ ਭੇਖ ਵਾਲੇ ਸਾਧੂ ਦੀ ਵਿਆਖਿਆ ਸੁਣ ਰਿਹਾ ਸੀ, ਤੇ ਉਹ ਵਾਰ ਵਾਰ ਇੱਕੋ ਗੱਲ ਦ੍ਰਿੜ ਕਰਾ ਰਿਹਾ ਸੀ
ਬਲਕਿ ਦ੍ਰਿਸ਼ਟਾਂਤ ਦੇ ਰਿਹਾ ਸੀ ਕਿ ਗੁਰੂ ਨਾਨਕ ਕੋਲੋਂ ਕਦੇ ਕਿਸੇ ਨੇ ਪੁੱਛਿਆ ਨਾਮ ਗੁਰੂ ਨਾਨਕ ਦਾ ਵਰਤ ਰਿਹਾ ਸੀ ਕਿ ਗੁਰੂ ਨਾਨਕ ਕੋਲੋਂ ਪੁੱਛਿਆ ਕਿਸੇ ਨੇ ਕਿ ਹਜ਼ੂਰ ਤੁਸੀਂ ਕਿੰਨੀ ਦੇਰ ਸੰਸਾਰ ਅੰਦਰ ਸੰਸਾਰ ਦੇ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਲਈ ਜੀਵਨ ਤੁਹਾਡਾ ਲਿਮਿਟਡ ਹੈ, ਕਿੰਨੀ ਦੇਰ ਬਖਸ਼ਿਸ਼ ਕਰੋਗੇ? ਤੇ ਜਵਾਬ ਵਿੱਚ ਗੁਰੂ ਨਾਨਕ ਕਹਿੰਦੇ ਨੇ ਮੈਨੂੰ ਜਿਵੇਂ ਹੁਕਮ ਹੈ 72 10 ਜਾਮੇ ਤਾਂ ਮੈਂ ਗੁਰੂ ਰੂਪ ਵਿੱਚ ਆਵਾਂਗਾ। ਇਹ ਅਰਸ਼ਵੇ ਦੀ ਗੱਲ ਦੇਖ ਸਕਦੇ ਹੋ, 10 ਜਾਮੇ ਮੈਂ ਗੁਰੂ ਰੂਪ ਵਿੱਚ ਆਵਾਂਗਾ, ਉਸ ਤੋਂ ਬਾਅਦ 72 ਜਾਮੇ ਮੈਂ ਸੰਤ ਰੂਪ ਵਿੱਚ ਆਵਾਂਗਾ। ਉਹ ਆਪਣੇ ਰਸਤਾ ਦਿਖਾ ਰਿਹਾ, ਕਹਿੰਦਾ ਖੈਰਾ ਬਿੰਦ ਵਿੱਚ ਰਹਿੰਦਾ। ਇਸੇ ਲਈ ਮਨੁੱਖ ਉੱਥੇ ਜਾ ਰਿਹਾ ਤੇ ਗੁਰੂ ਆਪਣੀ ਰਸਨਾ ਤੋਂ, ਬਾਬਾ ਕਬੀਰ ਜੀ ਅੱਜ ਦੇ ਸਲੋਕ ਵਿੱਚ ਆਪਣੀ ਰਸਨਾ ਤੋਂ ਇੱਕ ਗੱਲ ਸਮਝਾ ਰਹੇ ਨੇ। ਕਹਿੰਦੇ ਨੇ ਹੇ ਭਲਿਆ, ਤੂੰ ਰੱਬ ਦੇ ਰਾਹਾਂ ਤੇ ਤੁਰਨ ਵਾਲਾ ਹੈ, ਤੇਰਾ ਜੀਵਨ ਤਾਂ ਤੇਲੇ ਵਰਗਾ ਹੈ, ਤੇਰਾ ਗੁਨਾਹ ਕੋਈ ਨਹੀਂ। ਪਰ ਜਿੰਦੀ ਸੰਗਤ ਵਿੱਚ ਜਾ ਰਹੇ ਹੈ, ਜਿਸ ਪਖੰਡ ਦੀ ਸੰਗਤ ਵਿੱਚ ਜਾ ਰਹੇ ਹੈ, ਉਹਦਾ ਜੀਵਨ ਤਾਂ ਬੇਰ ਵਰਗਾ ਹੈ, ਤੇਰਾ ਤੇ ਉਹਦਾ ਸਾਥ ਕੀ। ਇੱਥੇ ਇਹ ਖਿਆਲ ਦਿੰਦੇ ਨੇ, ਕਹਿੰਦੇ ਨੇ ਕਬੀਰ ਮਾਰੀ ਮਰੋ ਕੁਸੰਗ ਕੀ। ਅਸ਼ਰ ਵੇਖ ਲੈ, ਪਖੰਡ ਦੀ ਸੰਗਤ ਵਿੱਚ ਗਿਆ, ਅਸ਼ਰ ਵੇਖ ਲੈ। ਕਬੀਰ ਮਾਰੀ ਮਰੋ ਕੁਸੰਗ, ਜਿਹੜੇ ਲੋਕ ਰੱਬ ਦੀ ਢੂੰਡ ਲਈ ਇਸ ਖਿਆਲ ਨਾਲ ਕਿ ਪ੍ਰਭੂ ਖੌਰੇ ਕਿਸੇ ਡੇਰੇ ਵਿੱਚ ਬੈਠਾ ਹੈ, ਪ੍ਰਭੂ ਖੌਰੇ ਮਾਲਕ ਰੱਬ ਖੌਰੇ ਕਿਸੇ ਤੀਰ ਉੱਤੇ ਬੈਠਾ ਹੈ, ਉਹਨੂੰ ਸਮਝਾਉਣ ਲਈ ਬਾਬਾ ਕਬੀਰ ਜੀ ਦਾ ਇੱਕ ਸਲੋਕ ਹੀ ਅੱਜ ਵਾਲਾ ਬਣਿਆ। ਇਹਨੇ ਨੇ ਪੜਿਆ ਤੇਰਾ ਜੀਵਨ ਕੇਲੇ ਵਰਗਾ, ਮਾੜਾ ਨਹੀਂ, ਤੂੰ ਰੱਬ ਪ੍ਰਸਤ, ਰੱਬ ਨੂੰ ਮਿਲਣਾ ਚਾਹ, ਪ੍ਰੀਤਮ ਦੇ ਮਿਲਾਪ ਦੀ ਚਾਹਤ ਰੱਖਣਾ, ਪਰ ਉਹ ਚਾਹਤ ਤੈਨੂੰ ਗਿਆਨ ਨਾ ਹੋਣ ਕਰਕੇ ਕੁਥਾਏ ਲੈ ਕੇ। ਪਖੰਡ ਦੇ ਥਾਂ ਟਿਕਾਣੇ ਲੈ ਗਈ, ਉੱਥੇ ਜਾ ਕੇ ਤੇਰੇ ਜੀਵਨ ਦੀਆਂ ਅੱਛਾਈਆਂ ਜਿਹੜੀਆਂ ਨੇ ਉਹ ਖਤਮ ਹੋ ਰਹੀਆਂ ਨੇ, ਜੀਵਨ ਦੀਆਂ ਅੱਛਾਈਆਂ, ਜੀਵਨ ਦੇ ਗਿਆਨ ਦੇ ਗੁਣ ਜਿਹੜੇ ਸਨ ਖਤਮ ਹੋ ਰਹੇ ਨੇ। ਕਹਿਣ ਲੱਗੇ ਉਹ ਝੂਲੇ ਉਹ ਚੀਰੀਏ, ਜਦੋਂ ਹਵਾ ਦਾ ਬੁੱਲਾ ਆਏਗਾ ਤੇ ਉਹ ਹਵਾ ਕੀ ਸ਼ਰਧਾ, ਮਨੁੱਖ ਸ਼ਰਧਾ ਅਧੀਨ ਡੇਰਿਆ ਤੇ ਸ਼ਰਧਾ ਅਧੀਨ ਪਖੰਡ ਦੇ ਘੇਰੇ ਵਿੱਚ ਜਾ ਕੇ ਬਰਬਾਦ ਹੋ ਗਿਆ। ਹਵਾ ਦਾ ਬੁੱਲਾ ਕੀ ਹੈ? ਸ਼ਰਧਾ, ਮਨ ਅੰਦਰ ਵਿਸ਼ਵਾਸ ਹੋ ਜਾਂਦਾ ਕਿ ਜੋ ਕੁਝ ਮਹਾਂਪੁਰਸ਼ ਕਹਿੰਦੇ ਨੇ ਉਹ ਠੀਕ ਹੈ। ਤੋ ਮਹਾਂਪੁਰਸ਼ ਕੀ ਹੈ? ਮੈਂ ਤੁਹਾਨੂੰ ਦੱਸ ਕੀਤੀ, ਮੈਂ ਤਾਂ ਹੈਰਾਨ ਹੋਇਆ ਅੱਜ ਵਾਲੀ ਉਹ ਆਖਿਆ ਸੁਣ ਕੇ।
ਮੈਂ ਕਹਿਣਾ ਸਟੇਜ 'ਤੇ ਅੱਜ ਦੇ ਯੁੱਗ ਅੰਦਰ ਪੜ੍ਹੇ ਲਿਖੇ ਯੁੱਗ ਵਿੱਚ ਵੀ ਇਹੋ ਜਿਹੀਆਂ ਗੱਲਾਂ ਕੀਤੀਆਂ ਜਾਣ ਕਿ ਗੁਰੂ ਨਾਨਕ ਨੇ ਆਖਿਆ ਮੈਂ 72 ਜਾਮੇ ਮਹਾਂਪੁਰਸ਼ਾਂ ਦੇ ਰੂਪ ਵਿੱਚ ਆਵਾਂਗਾ, ਸੰਤਾਂ ਦੇ ਰੂਪ ਵਿੱਚ ਆਵਾਂਗਾ ਅਤੇ ਸੰਸਾਰ ਦਾ ਉਧਾਰ ਕਰਾਂਗਾ। ਜਿਸ ਨੇ ਮੇਰੇ 10 ਜਾਮਿਆਂ ਤੋਂ ਬਾਅਦ ਆਪਣਾ ਜੀਵਨ ਸਵਾਰਨਾ ਹੈ ਉਹਨੂੰ ਕਿਸੇ ਮਹਾਂਪੁਰਸ਼ ਦਾ ਪੱਲਾ ਫੜਨਾ ਪਏਗਾ। ਅੱਜ ਦੇ ਯੁੱਗ ਅੰਦਰ ਕਬੀਰ ਜੀ ਇਹ ਗੱਲ ਕਹਿੰਦੇ, ਜਦੋਂ ਹਵਾ ਦਾ ਬੁੱਲਾ ਸ਼ਰਧਾ ਦਾ ਬੁੱਲਾ ਆਉਂਦਾ ਹੈ, ਤੁਸੀਂ ਦੇਖ ਲਓ ਇਹੋ ਕਾਰਨ ਹੈ ਅੱਜ ਪਖੰਡ ਤੇ ਦੇਖਣ ਵਿੱਚ ਸਾਡੇ ਆਏ ਹੋਏ ਭੇਖਧਾਰੀ ਲੋਕਾਂ ਦੇ ਮਗਰ 1, 2, 4, 6 ਨਹੀਂ ਲੱਖਾਂ ਦੀ ਤਾਦਾਦ ਵਿੱਚ ਲੋਕ ਤੁਰੇ ਹੋਏ ਨੇ। ਗੁਰੂ ਆਪਣੀ ਰਸਨਾ ਤੋਂ ਆਖ ਰਹੇ ਨੇ, ਕਹਿੰਦੇ ਨੇ ਹਵਾ ਦਾ ਬੁੱਲਾ ਆਏਗਾ, ਜਦੋਂ ਤੇਰੀ ਸ਼ਰਧਾ ਦਾ ਬੁੱਲਾ ਆਉਂਦਾ ਹੈ ਨਾ, ਉਦੋਂ ਸਮਝ ਲੈ ਉਹਦੇ ਅਵਗੁਣਾਂ ਦੇ ਕੰਡੇ, ਉਹਦੇ ਪਖੰਡ ਦੇ ਕੰਡੇ ਤੇਰੇ ਮਨ ਅੰਦਰ ਜਿਹੜਾ ਪਿਆਰ, ਰੱਬੀ ਪਿਆਰ ਹੈ ਨਾ, ਉਹਨੂੰ ਟੁਕੜੇ ਟੁਕੜੇ ਕਰ ਦਿੰਦੇ ਨੇ। ਉਹ ਵਕਤ ਆਉਂਦਾ ਹੈ ਜਦੋਂ ਤੇਰੇ ਪੱਲੇ ਕੱਖ ਨਹੀਂ ਰਹਿੰਦਾ ਤੇ ਫਿਰ ਤੂੰ ਨਾਸਤਿਕ ਹੋ ਜਾਣਾ। ਬਾਬਾ ਕਬੀਰ ਕਹਿੰਦੇ ਸੰਗਤ ਦੇਖ ਵੀ ਨਾ, ਫੇਰ ਦਾ ਮਤਲਬ ਹੁੰਦਾ ਦੇਖਣਾ, ਘੇਰਨਾ, ਦੇਖਣਾ। ਕਹਿੰਦੇ ਨੇ ਸਾਕਤ ਦੀ, ਪਖੰਡੀ ਪੁਰਸ਼ ਦੀ, ਰੱਬ ਦੇ ਰਾਹਾਂ ਦੇ ਚੱਲਣ ਵਾਲਿਆਂ ਦਾ ਨਜਾਇਜ਼ ਫਾਇਦਾ ਉਠਾ ਕੇ ਕੁਰਾਏ ਪਾ ਦੇਣ ਵਾਲੇ ਮਨੁੱਖ ਦੀ ਸੰਗਤ ਤੁਹਾਨੂੰ ਵੇਖ ਵੀ ਨਾ, ਉਹਦੇ ਤੂੰ ਹਮੇਸ਼ਾ ਬਚ, ਨਹੀਂ ਤਾਂ ਵੇਖ ਲੈ। ਅਗਲੀ ਬਾਬਾ ਕਬੀਰ ਜੀ ਦੀ ਅਗਲੀ ਲਾਈਨ ਇਹ ਦੋਵੇਂ ਸੁਣਨ ਵਾਲੇ ਕਹਿਣ ਲੱਗੇ, ਇਹ ਉਹ ਦਿਸਦਾ ਜਦੋਂ ਤੂੰ ਕਿਸੇ ਪਖੰਡੀ ਕਿਸੇ ਭਰਮ ਵਿੱਚ ਪਏ ਹੋਏ, ਗੁੰਮਰਾਹ ਹੋਏ ਹੋਏ ਤੇ ਗੁੰਮਰਾਹ ਕਰ ਰਹੇ, ਕਿਸੇ ਸਾਕਤ ਪੁਰਸ਼ ਦੀ ਸੰਗਤ ਵਿੱਚ ਜਾਣਾ ਹੈ ਤਾਂ ਉਹਦੇ ਗੁਨਾਹਾਂ ਦਾ ਫਲ, ਉਹਦੇ ਅਵਗੁਣਾਂ, ਉਹਦੀਆਂ ਵਿਚਾਰਾਂ ਦਾ ਹਿੱਸਾ ਤੇਰੇ 'ਤੇ ਵੀ ਅਸਰ ਕਰਦਾ, ਤੂੰ ਵੀ ਉਹ ਜਿਹਾ ਹੋ ਜਾਣਾ। ਤੇ ਇਹਦੇ ਲਈ ਇੱਕ ਦ੍ਰਿਸ਼ਟਾਂਤ ਵਰਤਦੇ ਨੇ ਤੇ ਕਹਿੰਦੇ ਨੇ, ਕਬੀਰ ਭਾਰ ਬਰਾਈ ਸਿਰ ਚੜੇ। ਜੀਵਨ ਦਾ ਲੰਬਾ ਬੰਧ ਹੈ ਤੇ ਪਰਾਇਆ ਭਾਰ ਵੀ ਕੋਈ ਸਿਰ ਤੇ ਚੁੱਕ ਕੇ ਤੁਰ ਰਿਹਾ ਹੋਵੇ, ਇੱਥੇ ਲਫ਼ਜ਼ ਵੀ ਪਰਾਇਆ ਵਰਤਿਆ ਨਹੀਂ, ਇਹਦਾ ਮਤਲਬ ਕੋਈ ਆਪਣੇ ਕਿਸੇ ਆਪਣੇ ਨੂੰ ਸਮਝਾ ਰਹੇ ਨੇ। ਬਾਬਾ ਕਬੀਰ ਕਿਸੇ ਆਪਣੇ ਨੂੰ ਸਮਝਾ ਰਹੇ ਨੇ, ਕਿਸੇ ਨਾਸਤਕ ਨੂੰ ਨਹੀਂ, ਕਿਸੇ ਆਸਤਕ ਨੂੰ ਸਮਝਾ ਰਹੇ ਨੇ, ਕਿਸੇ ਮਨਮੁੱਖ ਨੂੰ ਨਹੀਂ, ਕਿਸੇ ਗੁਰਮੁੱਖ ਨੂੰ ਸਮਝਾ ਰਹੇ ਨੇ। ਕਹਿੰਦੇ ਨੇ ਰੱਬ ਦੇ ਰਾਹਾਂ ਦੇ ਤੁਰਨ ਤੋਂ ਪਹਿਲਾਂ, ਉਹਦੇ ਮਗਰ ਉਡਾਰੀਆਂ ਥਾਂ ਥਾਂ ਭਟਕਣ ਤੋਂ ਪਹਿਲਾਂ ਤੂੰ, ਤੈਨੂੰ ਇਹ ਪਛਾਣ ਹੋਣੀ ਚਾਹੀਦੀ ਮੈਂ ਕਿੱਥੋਂ ਰੱਬ ਡੁੰਗ ਲਿਆ। ਜਿਹੜਾ ਮਨੁੱਖ ਇਹ ਸਮਝੇ ਕਿ ਗੁਰਦੁਆਰੇ ਹੀ ਰੱਬ ਮਿਲਦਾ ਹੈ, ਉਹ ਵੀ ਭੁਲੇਖੇ ਵਿੱਚ ਹੈ। ਗੁਰੂ ਤੇ ਬਾਰ ਬਾਰ ਇੱਕ ਗੱਲ ਸਮਝਾ ਰਿਹਾ ਹੈ ਬਾਣੀ ਅੰਦਰ ਕਿ ਭਲਿਆ ਅੱਲੋ ਇੱਕ ਮਸੀਤ ਪਸਤ ਹੈ, ਅਵਰ ਮੁਲਕ ਕਿਸ ਕੇਰਾ, ਕੀ
ਅੱਲਾ ਰੱਬ ਇੱਕ ਮਸੀਹ ਤੇ ਹੀ ਰਹਿੰਦਾ। ਜੇ ਉਹ ਮਸੀਹ ਵਿੱਚ ਹੀ ਰਹਿੰਦਾ ਤੇ ਬਾਕੀ ਸੰਸਾਰ ਕਹਿੰਦਾ ਅੱਲਾ ਇੱਕ ਮਸੀਹ ਬਸਦਾ ਹੈ। ਔਰ ਮੁਲਕ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ ਤੱਤ ਨਾ ਹੈਗਾ। ਕਹਿਣ ਲੱਗੇ ਦੋਵਾਂ ਨੇ ਤੱਤ ਅਸਲੀਅਤ ਨੂੰ ਨਹੀਂ ਜਾਣਿਆ। ਉਹ ਕਹਿੰਦਾ ਮੇਰਾ ਖੁਦਾਵੰਦ ਮੇਰਾ ਅੱਲਾ ਸਿਰਫ ਮਸੀਤ ਵਿੱਚ ਰਹਿੰਦਾ ਹੈ ਅਤੇ ਹਿੰਦੂ ਕਹਿੰਦਾ ਮੇਰਾ ਰਾਮ ਮੇਰਾ ਪ੍ਰਭੂ ਕੇਵਲ ਪੱਥਰ ਦੀ ਮੂਰਤੀ ਵਿੱਚ ਰਹਿੰਦਾ ਹੈ। ਹਿੰਦੂ ਮੂਰਤ ਨਾਮ ਨਿਵਾਸੀ ਉਹ ਕਹਿੰਦਾ ਮੂਰਤੀ ਵਿੱਚ ਰੱਬ ਰਹਿੰਦਾ ਹੈ। ਉਹ ਕਹਿੰਦਾ ਕਿਸੇ ਪੱਥਰ ਦੀ ਮੂਰਤੀ ਵਿੱਚ ਰਹਿੰਦਾ, ਉਹ ਕਹਿੰਦਾ ਪੱਥਰ ਦੀ ਬਣਾਈ ਹੋਈ ਇਮਾਰਤ ਮਸਜਿਦ ਵਿੱਚ ਰਹਿੰਦਾ। ਦੋਨੋਂ ਹੀ ਪੱਥਰ ਵਿੱਚ ਰੱਬ ਨੂੰ ਸਮਝ ਰਹੇ ਨੇ। ਦੋ ਮੈਂ ਤੱਤ ਨਾ ਹੈਗਾ। ਪਰ ਬਾਬਾ ਕਬੀਰ ਜੀ ਇਹੋ ਗੱਲ ਸਮਝਾਉਣਾ ਚਾਹੁੰਦੇ ਨੇ ਮੈਨੂੰ, ਕਹਿੰਦੇ ਨੇ ਮੈਨੂੰ ਇਹੋ ਦਿਸਦਾ ਹੈ ਜਿਹੜਾ ਮਨੁੱਖ ਕਿਸੇ ਦੇ ਮਗਰ ਲੱਗ ਕੇ ਬਿਨਾਂ ਸਮਝੇ ਉਹਦੇ ਵਿਚਾਰਾਂ ਦਾ ਭਾਰ ਆਪਣੇ ਸਿਰ ਤੇ ਚੁੱਕਦਾ ਹੈ। ਉਹ ਕਹਿੰਦੇ ਬਾਬਾ ਕਬੀਰ ਕਹਿੰਦੇ ਨੇ ਆਪਣੇ ਵਿਚਾਰ ਤਾਂ ਉਜਲੇ ਕਰਨੇ ਸਨ, ਆਪਣੇ ਵਿਚਾਰ ਤਾਂ ਤੂੰ ਹਲਕੇ ਕਰਨੇ ਸਨ, ਤੂੰ ਤਾਂ ਦੂਜਿਆਂ ਦਾ ਭਾਰ ਵੀ ਚੁੱਕੀ ਜਾਣਾ। ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਲਿਆ ਤੈਨੂੰ ਪਤਾ ਹੋਵੇ ਤੂੰ ਤੇ ਪਖੰਡਵਾਦ ਦੀ ਗੁੰਮਰਾਹ ਕੁੱਲ ਵਿਚਾਰਾਂ ਦੀ ਅਗਿਆਨਤਾ ਦੀ ਪੰਡ ਸਿਰ ਤੇ ਚੁੱਕ ਕੇ ਤੁਰ ਰਿਹਾ ਹੈ। ਕਿੰਨੀ ਕੁ ਦੇਰ ਤੁਰੇਗਾ, ਕਿੰਨੀ ਕੁ? ਇਹੋ ਕਾਰਨ ਹੈ, ਇੱਕ ਕੌੜੀ ਸੱਚਾਈ ਹੈ। ਬਿਨਾਂ ਰੱਬ ਦੇ ਰਾਹਾਂ ਨੂੰ ਸਮਝਣ ਦੇ, ਬਿਨਾਂ ਗਿਆਨ ਅਕਾਲ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਨ ਦੇ, ਰੱਬ ਦੇ ਰਾਹਾਂ ਤੇ ਤੁਰਨ ਵਾਲੇ ਅਨੇਕਾਂ ਮੁੱਖ ਮਨੁੱਖ ਉਹ ਨੇ ਜੋ ਕੋਈ ਚਾਰ ਕਦਮ ਜਾ ਕੇ, ਕੋਈ ਦਸ ਕਦਮ ਜਾ ਕੇ ਜ਼ਿੰਦਗੀ ਦੇ ਜੀਵਨ ਦੇ ਕੁਛ ਵਰੇ ਬਾਅਦ ਇਹ ਕਹਿ ਕੇ ਵਾਪਸ ਆ ਜਾਂਦੇ ਨੇ ਰੱਬ ਹੈ ਹੀ ਨਹੀਂ। ਉਹਨਾਂ ਦਾ ਦਸਤ ਕੋਣਾ ਕੀ? ਉਹਨਾਂ ਦੇ ਆਪਣੇ ਜੀਵਨ ਦਾ ਤਜਰਬਾ। ਉਹ ਕਹਿੰਦੇ ਨੇ ਅਸੀਂ 20 ਸਾਲ ਜੇ ਮਾਲਾ ਫੇਰੀਆਂ ਨੇ ਰੱਬ ਨਹੀਂ ਮਿਲਿਆ ਤੇ ਰੱਬ ਹੈ ਹੀ ਨਹੀਂ। ਉਹਨਾਂ ਦੇ ਆਪਣੇ ਜੀਵਨ ਦਾ ਤਜਰਬਾ। ਜੀ ਉਹ ਕਹਿੰਦੇ ਨੇ ਅਸੀਂ 68 ਤੀਰਥਾਂ ਦਾ ਇਸ਼ਨਾਨ ਕੀਤਾ ਤੇ ਉੱਥੇ ਸਾਨੂੰ ਰੱਬ ਨਹੀਂ ਦਿਸਿਆ ਤੇ ਰੱਬ ਹੈ ਹੀ ਨਹੀਂ। ਚੱਲੇ ਸਨ ਰੱਬ ਨੂੰ ਮਿਲਣ ਵਾਸਤੇ ਤੇ ਰੱਬ ਦੀ ਹੋਂਦ ਤੋਂ ਵੀ ਮੁਨਕਰ ਹੋ ਗਏ। ਜਿੰਨੀ ਨਾਸਤਿਕਤਾ ਫੈਲਦੀ ਹੈ ਸੰਸਾਰ ਅੰਦਰ ਓਨੀ ਫੈਲਦੀ ਹੈ ਜਿੰਨੀ ਆਸਤਿਕਤਾ ਤੋਂ ਮਨੁੱਖ ਅਸਫਲ ਹੁੰਦਾ। ਰੱਬ ਦੇ ਰਾਹ ਤੋਂ ਜਿੰਨਾ ਅਸਫਲ ਹੋਵੇਗਾ ਨਾ ਉਹਨਾਂ ਹੀ ਨਾਸਤਿਕ ਹੋਵੇਗਾ। ਨਾਸਤਿਕਤਾ ਇੱਕ ਉਹ ਕਿਰਿਆ ਹੈ ਜਿਹੜੀ ਮਨੁੱਖ ਦੇ ਆਪਣੇ ਜੀਵਨ ਦੇ ਤਜਰਬੇ ਵਿੱਚੋਂ ਜੜ ਜਾਂਦੀ ਤੇ ਜੀਵਨ ਦਾ ਤਜਰਬਾ ਗਿਆਨ ਤੇ ਨਿਰਭਰ ਹੈ। ਜੋ ਜੈਸੀ ਸੰਗਤ ਕਰੇ ਸੋ ਤੈਸੋ ਫਲ ਖਾਏ। ਇਸ ਲਈ ਬਾਬਾ ਕਬੀਰ ਜੀ ਨੇ ਇੱਕ ਗੱਲ ਆਖੀ, ਕਹਿਣ ਲੱਗੇ ਉਹ ਰੱਬ ਦੇ ਰਾਹਾਂ ਤੇ ਤੁਰਨ ਵਾਲੇ ਆ। ਚੰਗੀ ਗੱਲ ਤੇ ਸੀ
ਤੈਨੂੰ ਗੁਰੂ ਗਿਆਨ ਬਖਸ਼ਦਾ ਤੇ ਉਸ ਗਿਆਨ ਦੇ ਸਹਾਰੇ ਤੂੰ ਉਸ ਰਾਹ ਤੇ ਤੁਰਦਾ, ਪਰ ਤੂੰ ਤਾਂ ਅਗਿਆਨਤਾ ਦਾ ਦੂਜਿਆਂ ਦਾ ਭਾਰ ਵੀ ਆਪਣੇ ਸਿਰ ਤੇ ਚੁੱਕ ਕੇ ਤੁਰ ਪਏ। ਜਿਹੜੇ ਡੇਰਿਆਂ ਵਿੱਚ ਬੈਠੇ ਨੇ ਉਹਨਾਂ ਨੂੰ ਤਾਰਾ ਬਾਪ ਨੂੰ ਨਹੀਂ ਮਿਲਿਆ, ਜਿਹੜੇ ਤੀਰਥਾਂ ਤੇ ਬੈਠੇ ਨੇ ਉਹਨਾਂ ਨੂੰ ਤਾਂ ਰੱਬ ਆਪ ਨਹੀਂ ਮਿਲਿਆ। ਗੁਰੂ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ, ਤੀਰਥ ਜਾਓ ਤਾਂ ਹੋ ਕਰਨੇ, ਤੀਰਥ ਜਾਓ ਤਾਂ ਹੋ ਕਰਨੇ, ਪੰਡਤ ਪੁੱਛੋ ਤੋ ਮਾਇਆ ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਕੀਤਾ। ਕਹਿਣ ਲੱਗੇ ਮੈਂ ਉਹ ਅਸਥਾਨ ਚਾਹੁੰਦਾ ਜਿੱਥੇ ਰੱਬ ਦੀਆਂ ਗੱਲਾਂ ਹੋਣ। ਉਹ ਗੱਲਾਂ ਕਿਹੜੀਆਂ ਹੋਣ? ਉੱਥੇ ਸੰਗਤ ਦਾ ਮਸਲਾ ਆ ਜਾਂਦਾ ਹੈ। ਗੁਰੂ ਨੇ ਬਾਣੀ ਅੰਦਰ ਹਰ ਗੱਲ ਦਾ ਫੈਸਲਾ ਦਿੱਤਾ ਹੈ। ਕਹਿਣ ਲੱਗੀ ਸਤ ਸੰਗਤ ਕੈਸੀ ਜਾਣੀਐ, ਸਤ ਸੰਗਤ ਕੈਸੀ ਜਾਣੀਐ, ਜਿਨ ਤੇ ਏਕੋ ਨਾਮ ਵਖਾਣੀਐ, ਜਾਂ ਕੇ ਹਰ ਹਰ ਕੀਰਤਨ ਕੀਤਾ। ਤੇ ਹੁਣ ਆਪਣੇ ਹਿਰਦੇ ਵਿੱਚ ਆਖਵਾਈਏ ਕਿ ਜਿੰਨੇ ਟਿਕਾਣੇ ਅਸੀਂ ਰੱਬ ਨੂੰ ਮਿਲਣ ਲਈ, ਰੱਬ ਦੀ ਪ੍ਰਾਪਤੀ ਲਈ, ਜਿਨ੍ਹਾਂ ਨੂੰ ਅਸੀਂ ਦੂਜੇ ਲਫ਼ਜ਼ਾਂ ਵਿੱਚ ਧਰਮ ਅਸਥਾਨ ਆਖਦੇ ਹਾਂ, ਉਹਨਾਂ ਸਾਰਿਆਂ ਟਿਕਾਣਿਆਂ ਵੱਲ ਨਿਗਾਹ ਮਾਰੇ। ਉੱਥੇ ਰੱਬ ਦੀਆਂ ਗੱਲਾਂ ਹਨ ਕਿ ਕੁਝ ਐਸੇ ਨਿਯਮ ਬਣਾ ਕੇ ਮਨੁੱਖ ਨੂੰ ਗੁੰਮਰਾਹ ਕੀਤਾ। ਭਾਵੇਂ ਮੰਦਰ ਮਸਜਿਦ ਵਿੱਚ ਚਲੇ ਜਾਓ, ਭਾਵੇਂ ਠਾਕਰ ਦੁਆਰਿਆਂ ਗੁਰਦੁਆਰਿਆਂ ਵਿੱਚ ਚਲੇ ਜਾਓ, ਭਾਵੇਂ ਡੇਰਿਆਂ ਵਿੱਚ ਚਲੇ ਜਾਓ, ਭਾਵੇਂ ਤੀਰਥ ਅਸਥਾਨਾਂ 'ਤੇ ਚਲੇ ਜਾਓ, ਹਰ ਇੱਕ ਦੀ ਆਪਣੀ ਮਰਿਆਦਾ। ਉਹ ਦੂਜੇ ਦੀ ਮਰਿਆਦਾ ਨੂੰ ਇਸ ਲਈ ਛੱਡ, ਅੱਜ ਦੇ ਯੁੱਗ ਅੰਦਰ ਜੇ ਕਦੀ ਦੇਖੀਏ ਤਾਂ ਦੁਖਾਂਤ ਵੀ ਇਹੋ ਹੀ। ਪਿਛਲੇ ਦਿਨਾਂ 'ਚ ਮੈਂ ਕਰਜ਼ ਕੀਤੀ ਸੀ, ਇੱਕ ਖਿਆਲ ਕਰ ਰਿਹਾ ਜਦੋਂ ਆਇਆ ਲਫ਼ਜ਼ ਗੁਰੂ ਦਾ, ਉੱਥੇ ਅਸੀਂ ਪੰਥ ਨੂੰ ਵੀ ਗੁਰੂ ਆਖ ਲਿਆ, ਉੱਥੇ ਅਸੀਂ ਪੰਜਾਂ ਪਿਆਰਿਆਂ ਨੂੰ ਵੀ ਗੁਰੂ ਆਖਿਆ। ਕਹਿੰਦੇ ਬਲਕਿ ਪੰਜ ਪਿਆਰਿਆਂ ਨੂੰ ਗੁਰੂ ਤਾਂ ਕਿਤੇ ਰਹਿ ਗਿਆ, ਪਰਮੇਸ਼ਵਰ ਆਖ ਦਿੰਦੇ। ਸਭ ਕੁਝ ਸੰਗਿਆ ਅਸੀਂ ਆਪ ਬਣਾਈਆਂ, ਅਸੀਂ ਕਹਿੰਦੇ ਹਾਂ ਪੰਜਾਂ ਵਿੱਚ ਪਰਮੇਸ਼ਵਰ ਆਮ ਕਾਵਤ ਬਣੀ ਹੋਈ, ਪੰਜਾਂ ਵਿੱਚ ਪਰਮੇਸ਼ਵਰ, ਇਹਦਾ ਮਤਲਬ ਗਿਣਤੀ ਪੰਜ ਦੀ ਹੋ ਜਾਏ ਪਰਮੇਸ਼ਵਰ ਸ਼ਾਮਿਲ ਹੋ ਜਾਂਦਾ, ਅਤੇ ਫਿਰ ਪੰਜ ਦੇ ਕੰਮ ਕਰੋ ਲੋਭ ਮੋਹ ਹੰਕਾਰ ਵੀ ਹੁੰਦੇ ਨੇ, ਉਹ ਵੀ ਤਾਂ ਪੰਜ ਨੇ, ਉਹਨਾਂ ਵਿੱਚ ਪਰਮੇਸ਼ਵਰ ਕਿਉਂ ਨਹੀਂ ਵਰਤਦਾ? ਅਜੀਬ ਗੱਲ ਮੈਂ ਇੱਕ ਵਾਰ ਕੀਤੀ ਸੀ, ਜੇ ਭਲਾ ਪੰਜਾਂ ਪਿਆਰਿਆਂ ਨੂੰ ਕਹਿੰਦੇ ਕਿ ਹੁਕਮ ਮੰਨਣਾ ਹੈ ਪੰਜਾਂ ਪਿਆਰਿਆਂ ਦਾ, ਕਿਉਂਕਿ ਉਹਨਾਂ ਵਿੱਚ ਗੁਰੂ ਵੱਸਦਾ ਹੈ, ਉਹ ਹੀ ਗੁਰੂ। ਜੇ ਉਹ ਗੁਰੂ ਨੇ ਤਾਂ ਫਿਰ ਹਰ ਸੰਪਰਦਾ ਹਰ ਡੇਰੇ ਦੇ ਪੰਜ ਪਿਆਰੇ ਵੱਖਰੇ ਨੇ, ਅਕਾਲ ਤਖ਼ਤ ਦੇ ਪੰਜ ਪਿਆਰੇ ਹੋਰ ਨੇ, ਹਜ਼ੂਰ ਸਾਹਿਬ ਦੇ ਪੰਜ ਪਿਆਰੇ ਹੋਰ ਨੇ। ਤੁਸੀਂ ਪੰਜ ਪਿਆਰੇ ਅਕਾਲ ਤਖ਼ਤ ਦੇ ਬੁਲਾਓ,
ਉਹਨਾਂ ਨੇ ਤੁਹਾਨੂੰ ਮੈਂ ਛਕਾਉਣ ਲੱਗੇ ਆ ਮਰਿਆਦਾ ਹੋਰ ਦੱਸਣੀ ਜੇ ਤੁਸੀਂ ਪੰਜ ਪਿਆਰੇ ਹਜ਼ੂਰ ਸਾਹਿਬ ਦੇ ਬੁਲਾਓ ਉਹਨਾਂ ਨੇ ਅੰਮ੍ਰਿਤ ਛਕਾਉਣ ਲੱਗਿਆਂ ਮਰਿਆਦਾ ਹੋਰ ਦੱਸਣੀ ਜੇ ਤੁਸੀਂ ਕਿਸੇ ਡੇਰੇ ਦੇ ਬੁਲਾਓ ਉਹਨਾਂ ਨੇ ਅੰਮ੍ਰਿਤ ਛਕਾਉਣ ਲੱਗਿਆਂ ਮਰਿਆਦਾ ਇਹਦਾ ਮਤਲਬ ਹਰ ਗੁਰੂ ਆਪਣੀ ਆਪਣੀ ਮਰਿਆਦਾ ਦੱਸਦਾ ਅਤੇ ਹਰ ਡੇਰਾ ਹਰ ਅਸਥਾਨ ਆਪਣਾ ਗੁਰੂ ਆਪ ਨਿਸ਼ਚਿਤ ਕਰਦਾ ਕਿਉਂਕਿ ਉਹ ਪੰਜ ਪਿਆਰੇ ਤਾਂ ਉਹ ਆਪ ਨਿਸ਼ਚਿਤ ਕਰਦੇ ਕਿਸੇ ਨੇ ਬਣਾਏ ਨਹੀਂ ਇਹਦਾ ਮਤਲਬ ਹਰ ਡੇਰੇ ਦਾ ਹਰ ਤੀਰਥ ਹਰ ਤਖਤ ਹਰ ਗੁਰਦੁਆਰਾ ਨੂੰ ਇੱਕ ਹੱਕ ਹੈ ਕਿ ਉਹ ਆਪਣਾ ਗੁਰੂ ਥਾਪ ਲਵੇ ਆਪਣੇ ਵੱਲੋਂ ਗੁਰੂ ਬਣਾ ਲਵੇ ਇੱਥੇ ਹੀ ਲੈ ਲਓ ਕੌੜੀ ਸੱਚਾਈ ਹੈ ਅੱਜ ਤੁਸੀਂ ਕਿਸੇ ਅਸਥਾਨ ਗੁਰਦੁਆਰਾ ਅਸਥਾਨ ਤੇ ਜਾਓ ਆਖੋ ਜੀ ਅੰਮ੍ਰਿਤ ਛਕਣਾ ਹੈ ਤਾਂ ਉਹਨਾਂ ਨੇ ਆਪਣੇ ਪੰਜ ਪਿਆਰੇ ਨਿਸ਼ਚਿਤ ਕੀਤੇ ਹੋਏ ਹਰ ਗੁਰਦੁਆਰੇ ਦੂਜੇ ਗੁਰਦੁਆਰੇ ਜਾਓ ਉਹਨਾਂ ਨੇ ਆਪਣੇ ਪੰਜ ਪਿਆਰੇ ਨਿਸ਼ਚਿਤ ਕੀਤੇ ਹੋਏ ਨੇ ਇਹਦਾ ਮਤਲਬ ਇੱਕ ਗੁਰਦੁਆਰੇ ਦਾ ਗੁਰੂ ਹੋਰ ਦੂਜੇ ਗੁਰਦੁਆਰੇ ਦਾ ਗੁਰੂ ਹੋਰ ਹੈ ਉਹਨਾਂ ਦੀ ਮਰਿਆਦਾ ਹੋਰ ਦੱਸਣਗੇ ਉਹ ਹੋਰ ਗੁਰੂ ਬਾਬਾ ਕਬੀਰ ਜੀ ਨੇ ਇਸੇ ਲਈ ਕਹਿ ਕਹਿਣ ਲੱਗੇ ਜਿਹੜਾ ਮਨੁੱਖ ਭਟਕ ਰਿਹਾ ਹੈ ਉਹ ਤੇ ਅੰਮ੍ਰਿਤ ਲਈ ਭਟਕ ਰਿਹਾ ਨਾ ਮੈਂ ਉਹਦੇ ਛਕਦਾ ਉਹਨੂੰ ਇਹ ਪਤਾ ਨਹੀਂ ਕਿਹੜੇ ਗੁਰੂ ਕੋਲੋਂ ਛਕਣਾ ਹੈ ਹਰ ਗੁਰੂ ਆਪਣਾ ਬਣਾਇਆ ਹੋਇਆ ਹੈ ਉਹਦਾ ਨਤੀਜਾ ਇਹ ਹੈ ਕਿ ਮਨੁੱਖ ਅੰਮ੍ਰਿਤ ਦੇ ਨਾਮ ਤੇ ਭਟਕ ਰਿਹਾ ਔਰ ਹੌਲੀ ਹੌਲੀ ਨਾਸਤਕ ਹੋ ਰਿਹਾ ਹੈ ਤੇ ਬਾਬਾ ਕਬੀਰ ਜੀ ਨੇ ਇਹ ਗੱਲ ਕਹਿਣ ਲੱਗੇ ਜਿਹੜੇ ਆ ਉਡ ਉਡ ਦਹਿ ਦੇ ਸਜਾਏ ਵਾਲੀ ਗੱਲ ਹੈ ਨਾ ਇਹ ਸਭ ਤੋਂ ਵੱਡੀ ਅਗਿਆਨਤਾ ਦੀ ਭਟਕਣਾ ਹੈ ਕਿ ਰੱਬ ਨੂੰ ਮਿਲਣਾ ਹੈ ਤੇ ਉਹਨੂੰ ਮਿਲਣ ਲਈ ਉਡ ਉਡ ਦਹਿ ਦਿਸ ਜਾ ਤੇ ਬਾਬਾ ਕਬੀਰ ਦੂਜੇ ਸਲੋਕ ਵਿੱਚ ਇਹ ਗੱਲ ਆਖਦੇ ਨੇ ਭਲਿਆ ਇੱਕ ਖਿਆਲ ਕਰੀ ਤੂੰ ਰੱਬ ਦਾ ਪੰਧੀ ਹੈ ਉਹਨੂੰ ਮਿਲਣਾ ਚਾਹੁੰਦਾ ਹੈ ਉਹਨੂੰ ਮਿਲਣ ਲਈ ਲੰਬੇ ਸਫ਼ਰ ਜੀਵਨ ਦੇ ਵਿੱਚ ਪੈ ਗਿਆ ਪਰ ਇੱਕ ਖਿਆਲ ਕਰੀ ਤੂੰ ਤਾਂ ਦੂਜਿਆਂ ਦੇ ਵਿਚਾਰਾਂ ਦੀ ਪੰਡ ਅਗਿਆਨਤਾ ਦੀ ਆਪਣੇ ਸਿਰ 'ਤੇ ਰੱਖੀ ਬੈਠਾ ਹੈ ਤੁਰਿਆ ਜਾਂਦਾ ਹੈ ਬਾਬਾ ਕਬੀਰ ਕਹਿੰਦੇ ਨੇ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਆਪਣੇ ਭਾਰੇ ਨਾ ਜਿਹੜਾ ਪਹਾੜ ਤੋਂ ਚੁੱਕ ਕੇ ਤੁਰਿਆ ਹੋਇਆ ਹੈ ਇਹਦੇ ਤੋਂ ਤੈਨੂੰ ਵੇਖ ਕੇ ਡਰ ਨਹੀਂ ਆਉਂਦਾ ਵੀ ਇਸ ਪਹਾੜ ਵਿੱਚ ਤਾਂ ਕੁਝ ਹੈ ਨਹੀਂ ਇਹ ਤਾਂ ਬਗਾਨਾ ਭਾਰ ਹੈ ਆਪਣਾ ਭਾਰ ਤਾਂ ਹੈ ਨਹੀਂ ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਇੱਕ ਥਾਂ 'ਤੇ ਬੜੀ ਖੂਬਸੂਰਤ ਐਗਜ਼ਾਮਪਲ ਦਿੱਤੀ ਕਹਿਣ ਲੱਗੇ ਜੇ ਕਿਸੇ ਸੋਨੇ ਦੇ ਪੰਡ ਬਣ ਕੇ ਕਿਸੇ ਦੇ ਸਿਰ 'ਤੇ ਚੁਕਾ ਦਿੱਤੀ ਜਾਵੇ ਅਤੇ ਜਦੋਂ ਚੁਕਾਉਣ ਵਾਲਾ ਉਸ ਲੇਬਰ ਉਸ ਨੌਕਰ ਨੂੰ ਲੈ ਕੇ ਘਰ ਪਹੁੰਚਿਆ ਆਖਦਾ ਇਹ ਪੰਡ ਇੱਥੇ ਰੱਖ ਦੇ ਉਸ ਸਿਰ 'ਤੇ ਚੁੱਕੀ ਹੋਈ ਪੰਡ ਵਾਲੇ ਦੇ ਸਿਰ 'ਤੇ ਕੀ ਹੋਵੇਗਾ ਕੇਵਲ ਭਾਰ ਚੁੱਕ ਕੇ ਲਿਆ ਉਹ ਪੰਡ ਉਹਦੀ ਆਪਣੀ ਹੈ ਨਹੀਂ ਉਹ ਤੇ ਕੇਵਲ ਭਾਰ ਚੁੱਕ ਕੇ ਲਿਆ ਇਸ ਪਖੰਡ ਦਾ ਲਾਭ ਕਿਸੇ ਡੇਰੇਦਾਰ ਨੂੰ ਹੋ ਸਕਦਾ ਹੈ ਉਹ ਭਰਿਆ ਤੈਨੂੰ ਨਹੀਂ ਤੂੰ ਤੇ ਉਸ ਅਗਿਆਨਤਾ ਦੀ ਪੰਡ ਨੂੰ ਲੈ ਕੇ ਜੀਵਨ ਦੇ ਲੰਬੇ ਸਫ਼ਰ ਵਿੱਚ ਪਿਆ ਹੋਇਆ ਤੇ ਇਸ ਖਿਆਲੋਂ ਪਿਆ ਹੋਇਆ ਖੌਰੇ ਇਹ ਸਫ਼ਰ ਮੈਨੂੰ ਮਾਲਕ ਦੇ ਦਰ ਤੇ ਪਹੁੰਚਾ ਦੇਵੇ ਤੇ ਬਾਬਾ ਕਬੀਰ ਜੀ ਇਹੋ ਗੱਲ ਦਾ ਭੁਲੇਖਾ ਦੂਰ ਕਰਦੇ ਨੇ ਤੇ ਕਹਿੰਦੇ ਨੇ ਭਾਰ ਭਰਾਈ ਸਿਰ ਚੜ੍ਹ
ਕੇ ਲੱਗੇ ਪਰਾਈ ਪਰਾਇਆ ਭਾਰ ਸਿਰ ਤੇ ਚੁੱਕ ਕੇ ਤੁਰਿਆ ਜਾਂਦਾ ਹੈ ਰਸਤੇ ਵਿੱਚ ਚੱਲਿਓ ਜਿਹੜਾ ਮੈਂ ਸਿਰ ਤੇ ਚੁੱਕਿਆ ਹੋਇਆ ਇਹਨੂੰ ਲੈ ਕੇ ਤੁਰਿਆ ਜਾਣਾ ਤੇ ਅੱਗੇ ਰਸਤਾ ਕੋਈ ਸੌਖਾ ਨਹੀਂ, ਇਸ ਪਹਾੜ ਨੇ ਮੇਰਾ ਸਾਥ ਨਹੀਂ ਦੇਣਾ। ਸਤਿਗੁਰੂ ਨੇ ਬਾਣੀ ਅੰਦਰ ਇੱਕ ਥਾਂ ਤੇ ਬੜੀ ਸੁੰਦਰ ਐਗਜ਼ਾਮਪਲ ਦਿੱਤੀ ਹੈ, ਕਹਿੰਦੇ ਨੇ ਜਿਹਦੇ ਸਿਰ ਤੇ ਪੰਡ ਨਹੀਂ ਉਹ ਮਨੁੱਖ ਕਿਸੇ ਚੁੰਗੀ ਕੋਲੋਂ ਲੰਘਣਾ ਚਾਹੇ ਉਹਨੂੰ ਕੋਈ ਫਿਕਰ ਨਹੀਂ। ਮਸੂਲ ਚੁੰਗੀ ਤੇ ਲੈਂਦੇ ਨੇ, ਉਹਦੇ ਸਿਰ ਤੇ ਭਾਰ ਕੋਈ ਨਹੀਂ, ਭਾਰ ਹੀ ਕੋਈ ਨਹੀਂ। ਜਿਹਦੇ ਪਾਂਡੀ ਨਹੀਂ ਚੁੱਕੀ ਹੋਈ ਉਹਨੂੰ ਮਸੂਲ ਲੈਣ ਵਾਲਾ ਚੁੰਗੀ ਵਾਲਾ ਰੋਕੇਗਾ ਕਿਵੇਂ, ਤੇ ਜਿਹਦੇ ਸਿਰ ਤੇ ਪੰਡ ਚੁੱਕੀ ਹੋਈ ਹੈ ਉਹਨੂੰ ਮਸੂਲ ਲੈਣ ਵਾਲਾ ਮਸੂਲੀਆ ਰੋਕੇਗਾ, ਰੋਕ ਕੇ ਆਖੇਗਾ ਪੰਡ ਖੋਲਣ ਦੇ ਵਿੱਚ ਕੀ ਹੈ, ਵਿੱਚ ਹੀ ਤਫਤੀਸ਼ ਵੀ ਕਰੇਗਾ। ਕਹਿਣ ਲੱਗੇ ਮੈਨੂੰ ਇਉਂ ਦਿਸਦਾ ਤੂੰ ਸਿਰ ਤੇ ਅਗਿਆਨਤਾ ਦੀ ਪੰਡ ਚੁੱਕੀ ਹੋਈ ਹੈ, ਰੱਬ ਦੇ ਰਾਹਾਂ ਤੇ ਤੁਰਿਆ ਜਾਂਦੇ ਤੇ ਜੀਵਨ ਅੰਦਰ ਥਾਂ ਥਾਂ ਤੇਰੇ ਕੋਲੋਂ ਪੁੱਛਿਆ ਜਾਏਗਾ ਉਹ ਭਲਿਆ ਧਰਮ ਕਰ ਰਿਹਾ, ਇਹ ਧਰਮ ਕੀ ਹੈ? ਅੱਜ ਤੇ ਹਰ ਰੋਜ਼ ਐਸਾ ਮਸਲਾ ਆ ਰਿਹਾ, ਇਹ ਧਰਮ ਕੀ ਹੈ, ਇਹ ਕੀਰਤਨ ਕੀ ਹੈ, ਇਹ ਅਖੰਡ ਪਾਠ ਕੀ ਨੇ, ਅੱਜ ਥਾਂ ਥਾਂ ਇਹ ਮਸਲੇ ਨੇ, ਉਹ ਕਿਉਂ ਨੇ? ਹੁਣ ਤੱਕ ਅਖੰਡ ਪਾਠ ਹੁੰਦੇ ਹੀ ਸਨ, ਹੁਣ ਵੀ ਹੁੰਦੇ ਨੇ, ਲੇਕਿਨ ਅੱਗੇ ਲੋਕ ਸ਼ਰਧਾ ਨਾਲ ਕਰ ਵੀ ਰਹੇ ਸਨ, ਸੁਣ ਵੀ ਰਹੇ ਸਨ, ਨਾ ਕਰਨ ਵਾਲੇ ਨੂੰ ਕੋਈ ਪ੍ਰਾਪਤੀ ਸੀ ਨਾ ਸੁਣਨ ਵਾਲੇ ਨੂੰ ਸਮਾਂ ਪਾਸ। ਪਰ ਹੁਣ ਕਿਉਂਕਿ ਹਰ ਆਦਮੀ ਸੋਚੀ ਪਿਆ ਹੋਇਆ ਹੈ ਕੀ ਪ੍ਰਾਪਤ ਹੋਇਆ, ਕਿਉਂਕਿ ਹੁਣ ਪ੍ਰਾਪਤੀ ਦਾ ਜਾਗਰਤੀ ਆ ਗਈ, ਪਹਿਲਾਂ ਪ੍ਰਾਪਤੀ ਦੀ ਜਾਗਰਤੀ ਨਹੀਂ ਸੀ। ਸਾਰੀ ਜ਼ਿੰਦਗੀ ਮਨੁੱਖ ਧਰਮ ਕਰਮ ਕਰੀ ਗਿਆ, ਵਰ੍ਹਿਆਂ ਤੋਂ ਸਦੀਆਂ ਤੋਂ ਕਰੀ ਗਿਆ, ਉਹਨੂੰ ਪਤਾ ਹੀ ਨਹੀਂ ਸੀ ਵੀ ਤੀਰਥਾਂ 'ਤੇ ਜਾਣ ਦਾ ਕੀ ਫਲ ਹੁੰਦਾ ਹੈ, ਜਿਵੇਂ ਸਮਝਾ ਦਿੱਤਾ ਠੀਕ ਹੈ, ਕਿੰਨੀਆਂ ਵਾਲਾਂ ਕਰਨ ਨਾਲ ਕੀ ਫਲ ਹੁੰਦਾ ਹੈ। ਮੈਂ ਕਹਿ ਰਿਹਾ ਨਾ ਜੇ ਅੱਖਰਾਂ ਦੀ ਹੀ ਗਿਣਤੀ ਹੈ, ਅੱਜ ਮੈਨੂੰ ਕਹਿਣਾ ਪੈਂਦਾ ਐਸੇ ਡੇਰੇ ਨੇ ਜਿਨ੍ਹਾਂ ਨੇ ਆਪਣੀ ਜ਼ਬਾਨੋਂ ਇੱਕ ਆਪਣੀ ਲਿਖਤਾਂ ਵਿੱਚ ਕਰ ਦਿੱਤਾ ਹੈ ਕਿ ਜਿਹੜਾ ਮਨੁੱਖ ਦੋ ਸੁਖਮਣੀ ਸਾਹਿਬ ਦੇ ਪਾਠ ਰੋਜ਼ ਕਰੇ ਉਹਨੂੰ ਮਹੀਨੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ। ਇਸ ਤੋਂ ਅੱਗੇ ਚੱਲ ਕੇ ਜੇ 6 ਵਾਲਾ ਪਹਿਲੀ ਪੌੜੀ ਦੀਆਂ ਮੂਲ ਮੰਤਰ ਜਿਹੜਾ ਉਹਨਾਂ ਦਾ ਹੈ, ਕਿਉਂਕਿ ਉਹਦੇ ਨਾਲ 4 ਲਾਈਨਾਂ ਜ਼ਿਆਦਾ ਹੈ, ਜੇ 6 ਵਾਲਾ ਮੂਲ ਮੰਤਰ ਦੀਆਂ ਰੋਜ਼ ਕਰੇ ਮਹੀਨੇ ਬਾਅਦ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਮਿਲਦਾ। ਫਿਰ ਕਹਿੰਦੇ ਨੇ ਜੇ ਕੋਈ ਮਨੁੱਖ ਵਾਹਿਗੁਰੂ ਸ਼ਬਦ ਦੀਆਂ 80 ਮਾਲਾ ਰੋਜ਼ ਕਰੇ, ਬਕਾਇਦਾ ਲਿਖਤ ਵਿੱਚ ਹੈ 80 ਮਾਲਾ ਰੋਜ਼ ਕਰੇ ਤਾਂ ਮਹੀਨੇ ਬਾਅਦ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲ ਪਾਠ ਦਾ ਫਲ ਮਿਲਦਾ। ਜੇ ਉਹਨਾਂ ਕੋਲੋਂ ਪੁੱਛੋ ਵੀ ਆਖਰ ਇਹ ਤੁਸੀਂ ਹਿਸਾਬ ਕਿਤਾਬ ਕਿਵੇਂ ਲਾਇਆ, ਲੋਕਾਂ ਨੂੰ ਦੱਸ ਦਿਓ ਇਹਦਾ ਮਤਲਬ ਦੱਸੋ,
ਤਾਂ ਬੜਾ ਖੂਬਸੂਰਤ ਮਤਲਬ ਬਣਾਉਂਦੇ ਨੇ। ਉਹ ਕਹਿੰਦੇ ਨੇ ਅਸੀਂ ਅੱਖਰ ਗਿਣੇ ਨੇ। ਤੁਸੀਂ ਸੋਚਿਓ ਪੈਮਾਨਾ ਕੀ ਹੈ, ਪੜ੍ਹ ਸਕਦੇ ਆ ਉਹਨਾਂ ਦੇ ਗੁਟਕਿਆਂ ਵਿੱਚ ਇਹ ਚੀਜ਼ ਛਪੀ ਹੋਈ। ਤੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਾਰੇ ਅੱਖਰਾਂ ਦੀ ਗਿਣਤੀ ਕੀਤੀ ਹੈ। ਤੇ ਜਦੋਂ ਦੋ ਸੁਖਮਣੀ ਸਾਹਿਬ ਕਰ ਲਈਏ ਹਰ ਰੋਜ਼ ਤੇ ਸਾਰਾ ਮਹੀਨਾ ਕਰਦੇ ਰਹੀਏ ਤੇ ਉਹਨੇ ਅੱਖਰ ਪੂਰੇ ਹੋ ਜਾਂਦੇ। ਉਹ ਇਹ ਕਹਿੰਦੇ ਹਾਲਾਂਕਿ ਉਹ ਅੱਖਰ ਪੂਰੇ ਨਹੀਂ ਸਨ ਹੁੰਦੇ, ਫਿਰ ਉਹ ਅੱਗੋਂ ਇਹ ਲਫ਼ਜ਼ ਵੀ ਕਹਿੰਦੇ ਨੇ। ਅਸੀਂ ਇਸੇ ਲਈ ਸੁਖਮਣੀ ਸਾਹਿਬ ਦੇ ਅੰਦਰ ਕੁਝ ਵਧਾਇਆ ਹੈ। ਹਰ ਅਸ਼ਟਪਦੀ ਦੇ ਅਖੀਰ ਤੇ ਉਹ ਪੜ੍ਹਦੇ ਨੇ ਸੁਖਮਣੀ ਸੋਕਾ ਅੰਮ੍ਰਿਤ ਪ੍ਰਭਨਾਮ ਭਗਤ ਜਨਾ ਕੇ ਮਨ ਵਿਸਰਾਮ। ਹਰ ਸਲੋਕ ਤੋਂ ਪਹਿਲਾਂ ਉਹ ਪੜ੍ਹਦੇ ਨੇ ਸਤਨਾਮ ਸ੍ਰੀ ਵਾਹਿਗੁਰੂ। ਇਸ ਤਰ੍ਹਾਂ ਉਹਨਾਂ ਨੇ ਨਿਯਮ ਬਣਾ ਦਿੱਤਾ ਹੈ ਕਿ ਸਤਨਾਮ ਸ੍ਰੀ ਵਾਹਿਗੁਰੂ ਹਰ ਸਲੋਕ ਦੇ ਅੱਗੇ ਆਖੋ ਤੇ ਸੁਖਮਣੀ ਸੋਕਾ ਅੰਮ੍ਰਿਤ ਪ੍ਰਭਨਾਮ ਹਰ ਅਸ਼ਟਪਦੀ ਦੇ ਅਖੀਰ ਤੇ ਆਖੋ। ਜੇ ਕੋਈ ਇਤਰਾਜ਼ ਕਰਦਾ ਹੈ ਕਿ ਤੁਹਾਨੂੰ ਸੁਖਮਣੀ ਸਾਹਿਬ ਵਿੱਚ ਆ ਤਬਦੀਲੀ ਕਰਨ ਦਾ ਕੀ ਅਧਿਕਾਰ ਹੈ, ਤੁਸੀਂ ਆਪਣੀ ਮਰਜ਼ੀ ਦੇ ਨਾਲ ਇਹ ਲਾਈਨਾਂ ਵਿੱਚ ਜਾ ਇਹ ਵਾਹਿਗੁਰੂ ਸ਼ਬਦ ਕਿਉਂ ਪਾਇਆ, ਉਹ ਕਹਿੰਦੇ ਨੇ ਅਸੀਂ ਆਪਣੀ ਮਰਜ਼ੀ ਦਾ ਮਸਲਾ ਨਹੀਂ, ਅਸੀਂ ਅੱਖਰ ਪੂਰੇ ਕਰਨੇ ਨੇ। ਜਿੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਖਰ ਨੇ ਉਹ ਅੱਖਰ ਪੂਰੇ ਕਰਨੇ ਨੇ। ਹੁਣ ਸੋਚਿਓ ਜੇ ਭਲਾ ਅੱਖਰ ਪੂਰੇ ਕਰਨ ਦਾ ਨਾਮ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਗਿਆਨ ਨਹੀਂ, ਤਾਂ ਫਿਰ ਭਾਰ ਭਰਾਈ ਸਿਰ ਚੜ੍ਹੇ ਵਾਲੀ ਗੱਲ ਹੀ ਹੈ। ਅਸੀਂ ਭਾਰੀ ਚੁੱਕੇ ਫਿਰਦੇ ਹਾਂ, ਅਸੀਂ ਅੱਖਰ ਪੂਰੇ ਕਰ ਰਹੇ ਹਾਂ। ਇਹੋ ਗੱਲ ਬਾਬਾ ਕਬੀਰ ਜੀ ਨੇ ਸਮਝਾਈ। ਕਹਿੰਦੇ ਨੇ ਇੱਕ ਖਿਆਲ ਕਰੀ, ਜਦੋਂ ਤੂੰ ਕਿਸੇ ਪਖੰਡ ਦੇ ਤਹਿਤ ਜਾ ਕੇ ਆਪਣੇ ਜੀਵਨ ਦਾ ਪਹਿਲਾ ਰਸਤਾ ਸ਼ੁਰੂ ਕਰਨਾ ਤੇ ਉਸ ਅਗਿਆਨਤਾ ਦੀ ਪੰਜ ਸਿਰ ਤੇ ਚੁੱਕ ਕੇ ਤੁਰ ਪੈਣਾ, ਤੇ ਬਾਬਾ ਕਬੀਰ ਕਹਿੰਦੇ ਨੇ ਮੈਨੂੰ ਇਉਂ ਹੀ ਦਿਸਦਾ ਜਿਵੇਂ ਤੂੰ ਆਪਣੇ ਪਹਾੜ ਤੋਂ ਨਹੀਂ ਡਰ ਰਿਹਾ, ਤੂੰ ਤਾਂ ਪਰਾਇਆ ਭਾਰ ਵੀ ਸਿਰ ਤੇ ਚੁੱਕ ਕੇ ਤੁਰਿਆ ਜਾਣਾ, ਤੈਨੂੰ ਮੰਜ਼ਿਲ ਕਿੱਥੇ ਮਿਲਣੀ। ਬਾਬਾ ਕਬੀਰ ਕਹਿੰਦੇ ਨੇ ਸੰਗਤ ਵਿੱਚ ਜਿ
ਜਿਨ੍ਹਾਂ ਦੀ ਸੰਗਤ ਵਿੱਚ ਜਦੋਂ ਤੂੰ ਗੁਰੂ ਨੂੰ ਛੱਡ ਕੇ ਭੇਖਧਾਰੀਆਂ ਦੀ ਸੰਗਤ ਵਿੱਚ ਡੇਰਿਆ ਅਤੇ ਤੀਰਥਾਂ ਦੀ ਸੰਗਤ ਵਿੱਚ ਜੀਵਨ ਆਰੰਭ ਕਰਦਾ ਹੈ ਤਾਂ ਤੇਰੀ ਹਾਲਤ ਇਵੇਂ ਹੀ ਹੁੰਦੀ ਹੈ ਕਿ ਭਾਲਦਾ ਤਾਂ ਤੂੰ ਤਹਿਮ ਹੈ ਕਿ ਡੇਰਿਆਂ ਵਿੱਚੋਂ ਮਿਲੇਗਾ, ਤੀਰਥਾਂ ਤੋਂ ਮਿਲੇਗਾ, ਭਾਲਦਾ ਧਰਮ ਹੈ। ਤੇਰਾ ਜੀਵਨ ਤਾਂ ਹੁੰਦਾ ਕੇਲੇ ਵਰਗਾ, ਪਰ ਸੰਗਤ ਹੁੰਦੀ ਹੈ ਬੇਰੀ ਦੇ ਦਰਖਤ ਵਰਗੀ, ਤੇਰਾ ਜੀਵਨ ਬਰਬਾਦ ਹੋ ਜਾਂਦਾ, ਤੂੰ ਆਪਣੀ ਜ਼ਿੰਦਗੀ ਬਰਬਾਦ ਕਰ ਬੈਠਣਾ। ਗੁਰੂ ਕਹਿੰਦੇ ਚਾਤ ਰੱਖਣ ਵਾਲਾ ਹੋਣਾ ਮਾੜੀ ਗੱਲ ਨਹੀਂ, ਪਰ ਭਰਿਆ ਇਸ ਚਾਹਤ ਨੂੰ ਪੂਰਾ ਕਰਨ ਲਈ ਤੂੰ ਕਿੰਦਾ ਸਹਾਰਾ ਲੈ ਰਿਹਾ, ਇਹਦੀ ਜਾਣ ਪਛਾਣ ਬਹੁਤ ਜ਼ਰੂਰੀ ਹੈ। ਇਹੋ ਹੀ ਗੱਲ ਇਸ ਸ਼ਬਦ ਵਿੱਚ ਵੀ ਆਈ ਕਿ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਓ ਕਰ ਉਲਟੀ ਰੇ, ਝੂਠੇ ਕੀ ਰੇ ਝੂਠ ਪ੍ਰੀਤ, ਛੁਟਕੀ ਰੇ ਮਨ ਛੁਟਕੀ ਰੇ, ਸਾਕਤ ਸੰਗ ਨਾ ਛੁਟਕੀ ਰੇ। ਅੱਗੇ ਕਹਿੰਦੇ ਨੇ ਹਾਲਤ ਇਹ ਹੈ ਜੋ ਮੰਦਰ ਜੋ ਕਾਜਰ ਪਰ ਮੰਦਰ ਰੱਖਿਓ, ਜੋ ਪੈਸੇ ਕਾਲੂਖੇ ਰੇ। ਜਿਹੜਾ ਪਖੰਡ ਗੁਮਰਾਹ ਕਰਨ ਵਾਲਾ ਧੋਖਾ ਅਗਿਆਨਤਾ ਕਾਲਖ ਹੈ, ਉਹ ਮੰਦਰ ਭਰਿਆ ਹੋਇਆ ਜੀਵਨ ਦਾ, ਜਿਹੜਾ ਉਹਦੇ ਨਾਲ ਸੰਗਤ ਕਰੇਗਾ ਉਹ ਕਾਲਾ ਹੋਏਗਾ। ਜੋ ਪੈਸੇ ਕਾਲੂਖੀ ਰੇ ਦੂਰੋਂ ਹੀ ਤੇ ਭਾਗ ਗਇਓ ਹੈ, ਜਿਸ ਗੁਰਬਲ ਛੁਟਕੀ ਤ੍ਰਿਪਟੀ ਰੇ। ਅੱਗੇ ਅਰਦਾਸ ਕਰਦੇ ਨੇ ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁੱਖ ਸਾਕਤ ਸੰਗ ਨਾ ਜੁਟਸੀ ਰੇ। ਮਾਲਕ ਕੋਲ ਅਰਦਾਸ ਕਰਕੇ ਮੰਗ ਕਰਨਾ ਕਿ ਮੇਰਾ ਮੂੰਹ ਭਾਵ ਮੇਰਾ ਮੁੱਖ ਸਾਕਤ ਸੰਗ, ਭੈੜੇ ਮਨੁੱਖ ਗੁਨਾਹਗਾਰ ਅਤੇ ਸੰਸਾਰ ਦੇ ਪਤੰਗ ਅਤੇ ਭੇਖੀ ਮਨੁੱਖ ਨਾਲ ਮੇਰਾ ਮੂੰਹ ਨਾ ਜੁੜੇ, ਭਾਵ ਮੇਰਾ ਉਹਦੇ ਨਾਲ ਸੰਬੰਧ ਨਾ ਜੁੜੇ, ਮੈਨੂੰ ਬਚਾ ਲੈ। ਮੰਗੋ ਦਾਨ ਕਿਰਪਾਲ ਕਿਰਪਾ ਨਿਧ, ਮੇਰਾ ਮੁੱਖ ਸਾਕਤ ਸੰਗ ਨਾ ਜੁਟਸੀ ਮੇਰੇ, ਮੇਰਾ ਉਹਦੇ ਨਾਲ, ਕਿਉਂਕਿ ਚੰਗੀ ਸੰਗਤ ਹੀ ਮਨੁੱਖ ਨੂੰ ਚੰਗੇ ਪਾਸੇ ਲਿਜਾਂਦੀ ਹੈ। ਸੰਗਤ ਦਾ ਭਾਵ ਇਹੋ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਬਾਰ ਬਾਰ ਸੰਗਤ ਲਈ ਪ੍ਰੇਰਿਆ ਗਿਆ ਕਿ ਸੰਗਤ ਦਾ ਮਤਲਬ, ਅਸੀਂ ਸੰਗਤ ਦਾ ਲਫ਼ਜ਼ ਹੀ ਬਦਲ ਦਿੱਤਾ। ਅਸੀਂ ਸਮਝ ਲਿਆ ਵੀ ਜਿਹੜਾ ਗੁਰਦੁਆਰੇ ਆ ਜਾਏ, ਮੈਂ ਆਪਣੀ ਕਿਤਾਬ ਵਿੱਚ ਵੀ ਇਹ ਗੱਲ ਲਿਖੀ, ਅਸੀਂ ਸਮਝਦੇ ਹਾਂ ਵੀ ਜਿਹੜਾ ਗੁਰਦੁਆਰੇ ਦੀ ਰੀਝਾਂ ਟੱਪ ਪਾਵੇ ਉਹ ਸਤਸੰਗਤ,
ਨਤੀਜਾ ਨਿਕਲਦਾ ਜਦੋਂ ਇਲੈਕਸ਼ਨਾਂ ਦੇ ਦਿਨ ਹੁੰਦੇ ਨੇ, ਅਸੀਂ ਪੈਸੇ ਕਰ ਦੇ ਕੇ ਖਰੀਦ ਕੇ ਬੰਦੇ ਕਹਿੰਦੇ ਅੱਜ ਗੁਰਦੁਆਰੇ ਆਈ ਉੱਥੇ ਪ੍ਰਧਾਨਗੀ ਦੀ ਚੋਣ ਹੋਣੀ ਹੈ, ਤੂੰ ਮੈਨੂੰ ਵੋਟ ਪਾਈ। ਉਸ ਦਿਨ ਉਹ ਸੰਗਤ ਹੁੰਦੀ ਸੀ। ਜਦੋਂ ਅਸੀਂ ਕੋਈ ਹਾਰਦੇ ਹੋਈਏ ਨਾ ਕਿ ਕਹਿੰਦੇ ਹਾਂ ਸੰਗਤ ਕੋਲ ਪੁੱਛ ਲਓ, ਸੰਗਤ ਦਾ ਹੁਕਮ ਮੰਨੋ, ਸੰਗਤ ਆਪਣੀ ਮਰਜ਼ੀ ਦੀ। ਜੇ ਪੰਜ ਪਿਆਰੇ ਆਪਣੀ ਮਰਜ਼ੀ ਦੇ ਥਾਪ ਲਏ ਨੇ ਤਾਂ ਸੰਗਤ ਵੀ ਆਪਣੀ ਮਰਜ਼ੀ ਦੀ ਥਾਪ ਲਈ। ਅਤੇ ਗੁਰੂ ਕਹਿੰਦਾ ਸੰਗਤ ਦੀ ਪਰਿਭਾਸ਼ਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਕਿ ਸੰਗਤ ਹੈ ਕੀ। ਕਹਿਣ ਲੱਗੇ ਜਦੋਂ ਗੁਰੂ ਦੇ ਨਾਲ ਸੰਬੰਧ ਜੁੜਦਾ ਹੈ, ਸਾਧ ਸੰਗਤ ਕੀ ਹੈ, ਜਿਹਦਾ ਸੰਬੰਧ ਸਿੱਧਾ ਗੁਰੂ ਨਾਲ ਹੈ। ਜਿਹੜਾ ਗੁਰੂ ਨਾਲ ਸੰਬੰਧ ਨਾ ਰੱਖਦਾ ਹੋਵੇ, ਕੇਵਲ ਮੱਥੇ ਟੇਕਣ ਤੱਕ ਸੀਮਤ ਹੋਵੇ, ਉਹ ਸਾਧ ਸੰਗਤ ਨਹੀਂ। ਸਾਧ ਸੰਗਤ ਉਹ ਹੈ ਜਿਹਦਾ ਸੰਬੰਧ ਗੁਰੂ ਨਾਲ ਹੈ। ਸੋ ਇਸ ਲਈ ਸਾਨੂੰ ਇਹ ਗੱਲਾਂ ਸਮਝਾਉਣੀਆਂ ਨੇ ਗੁਰੂ ਨੇ ਆਪਣੇ ਆਉਣ ਵਾਲੇ ਜੀਵਨ ਵਿੱਚ ਸੁਰੱਖਿਅਤ ਕਰਨ ਲਈ ਸਾਡਾ ਹੋਰ, ਕਿਉਂਕਿ ਅਸੀਂ ਧਰਮ ਦੇ ਖੇਤਰ ਵਿੱਚ ਚੱਲਣ ਵਾਲੇ ਹਾਂ। ਅਸੀਂ ਗੁਰਦੁਆਰੇ ਆਉਣ ਦਾ ਮਤਲਬ ਕੀ ਹੈ, ਤਾਂ ਆਪਾਂ ਇੱਥੇ ਵੀ ਇਕੱਠੇ ਹੁੰਦੇ ਹਾਂ ਅਤੇ ਉਹਦੇ ਪਿੱਛੇ ਖਿਆਲ ਤਾਂ ਇੱਕੋ ਹੀ ਹੁੰਦਾ ਨਾ, ਉੱਥੇ ਕੋਈ ਧਰਮ ਦੀ ਗੱਲ। ਅਤੇ ਜੇ ਇੱਥੇ ਆ ਕੇ ਵੀ ਸਾਨੂੰ ਭੁਲੇਖੇ ਹੀ ਪੈਣ, ਅਸੀਂ ਸਮਝਣ ਲੱਗ ਪਈਏ ਵੀ ਖੋਰੇ ਮੇਰੇ ਆਖਣ ਨਾਲ ਰੱਬ ਮਿਲ ਜਾਂਦਾ ਹੈ, ਉਹ ਤਾਂ ਸਾਨੂੰ ਗਿਆਨ ਦੁਆਰਾ ਸਮਝਣ ਨਾਲ ਹੀ ਪ੍ਰਾਪਤੀ ਹੋਣੀ ਹੈ। ਔਰ ਉਹ ਵੀ ਰੱਬ ਕੋਈ ਠੋਸ ਚੀਜ਼ ਨਹੀਂ, ਕੋਈ ਪੱਥਰ ਦੀ ਮੂਰਤੀ ਨਹੀਂ, ਵਿਚਾਰਧਾਰਾ ਹੈ, ਜੀਵਨ। ਜਦੋਂ ਅਸੀਂ ਜੀਵਨ ਰੂਪੀ ਵਿਚਾਰਧਾਰਾ ਨੂੰ ਪ੍ਰਾਪਤ ਕਰਾਂਗੇ ਤਾਂ ਉਹ ਸਮਝ ਲਓ ਸਾਨੂੰ ਰੱਬ ਦੀ ਪ੍ਰਾਪਤੀ ਹੋਏਗੀ। ਉਹ ਸ਼ਕਤੀ ਬਣ ਕੇ ਸਾਡੇ ਅੰਦਰ ਵਰਤ ਰਿਹਾ ਅਤੇ ਜੀਵਨ ਦੀ ਚੰਗੀ ਪਵਿੱਤਰ ਸ਼ਕਤੀ ਹੀ ਨਿਰੰਕਾਰ ਹੈ, ਸਾਨੂੰ ਸਮਝਣਾ। ਹਾਂ, ਇਹ ਗੱਲ ਵੱਖਰੀ ਹੈ ਜਿਹੜੇ ਵੀਰ ਇਸ ਤੋਂ ਵੀ ਅੱਗੇ ਨਿਕਲ ਕੇ ਇਹ ਆਖਣ ਲੱਗ ਪੈਣਾ ਕਿ ਸਾਨੂੰ ਹੋਰ ਰੱਬ ਦੀ ਲੋੜ ਹੀ ਨਹੀਂ, ਰੱਬ ਹੀ ਅਸੀਂ ਹਾਂ। ਨਿਰੰਕਾਰ ਸ਼ਕਤੀ ਰੂਪ ਹੋ ਕੇ, ਗਿਆਨ ਰੂਪ ਹੋ ਕੇ, ਸਾਡੇ ਅੰਦਰ ਚੇਤਨਤਾ ਰੂਪ ਹੋ ਕੇ ਵਸਦਾ, ਅਸੀਂ ਉਹਦਾ ਘਰ ਹਾਂ। ਆਪਣੇ ਅੰਦਰੋਂ ਉਹਨੂੰ ਪਛਾਣਨਾ ਹੈ, ਬਾਹਰੋਂ ਠਾਕਰ ਦੁਆਰਿਆਂ, ਗੁਰਦੁਆਰਿਆਂ, ਤੀਰਥਾਂ, ਡੇਰਿਆਂ ਤੋਂ ਉਹਨੂੰ ਨਹੀਂ ਭਾਲਣਾ, ਨਹੀਂ ਤੇ ਬਾਬਾ ਕਬੀਰ ਜੀ ਦੀ ਇਸ ਲਾਈਨ ਵਾਂਗੂ ਭਟਕ ਜਾਵਾਂਗੇ ਕਿ ਉਹ ਡੁੱਟਦਾ ਦਿਸ ਜਾਏ। ਸੋ ਆਪਣੇ ਅੰਦਰ ਚਾਤ ਮਾਰ ਕੇ ਕੱਤ ਜਾਈਏ ਰੇ ਘਟ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪਲ, ਤੇ ਪਹੁੰਚਣਾ ਹੈ ਸ਼ਬਦਾਂ ਨਾਲ ਕੇ ਵਾਦਾ ਕਰ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।